ਪ੍ਰਭੂ ਦੀ ਵਡਿਆਈ ਹੋਵੇ। ਸੋ ਪ੍ਰਭੂ ਤੁਹਾਨੂੰ ਆਪਣੇ ਖੰਭਾਂ ਹੇਠ ਹਮੇਸ਼ਾ ਸੰਭਾਲ ਕੇ ਰੱਖਣ ਤੇ ਪਰਮੇਸ਼ਵਰ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਤੇ ਬਣੀ ਰਹੇ। ਆਮੇਨ। ਸੋ ਅੱਜ ਆਪਾਂ ਪ੍ਰਭੂ ਦੀ ਕਿਰਪਾ ਦੇ ਬਾਰੇ ਹੀ ਵਚਨ ਚੋਂ ਸਿੱਖਣਾ ਹੈ, ਕਿਉਂਕਿ ਉਹ ਕਿਰਪਾਲੂ ਪਰਮੇਸ਼ਵਰ ਆ, ਦਿਆਲੂ ਪਰਮੇਸ਼ਵਰ ਆ, ਦਇਆ ਦਾ ਸਾਗਰ, ਕਿਰਪਾ ਦਾ ਧਨੀ, ਰਹਿਮਤ ਦਾ ਬਾਨੀ, ਭਲਿਆਈਆਂ ਕਰਨ ਵਾਲਾ ਪਰਮੇਸ਼ਵਰ। ਅੱਜ ਅਸੀਂ ਉਹਦੇ ਫਜ਼ਲ ਦੇ ਬਾਰੇ ਵਿੱਚ, ਉਹਦੀ ਗ੍ਰੇਸ ਦੇ ਬਾਰੇ ਵਿੱਚ, ਉਹਦੀ ਕਿਰਪਾ ਦੇ ਬਾਰੇ ਵਿੱਚ ਸਿੱਖਾਂਗੇ। ਆਓ ਆਪਾਂ ਦੇਖਦੇ ਹਾਂ ਪਵਿੱਤਰ ਬਾਈਬਲ ਦੇ ਵਿੱਚੋਂ ਮਰਕੁਸ ਦੀ ਕਿਤਾਬ ਉਹਦਾ 10 ਨੰਬਰ ਅਧਿਆਇ ਅਤੇ ਉਹਦੀ 25 ਤੋਂ 27 ਨੰਬਰ ਪੰਕਤੀ ਵਿੱਚ ਆਪਾਂ ਦੇਖਾਂਗੇ। ਇੱਥੇ ਲਿਖਿਆ ਆ, ਸੂਈ ਦੇ ਨੱਕੇ ਵਿੱਚੋਂ ਦੀ ਊਠ ਦਾ ਲੰਘਣਾ ਇਸ ਨਾਲੋਂ ਸੁਖਾਲਾ ਹੈ ਭਈ ਧਨੀ ਪਰਮੇਸ਼ਵਰ ਦੇ ਰਾਜ ਵਿੱਚ ਵੜੇ। ਉਹ ਬਹੁਤ ਹੀ ਹੈਰਾਨ ਹੋ ਕੇ ਆਪੋ ਵਿੱਚ ਕਹਿਣ ਲੱਗੇ, ਤਾਂ ਫਿਰ ਕੌਣ ਬਚ ਸਕਦਾ ਹੈ? ਯਿਸੂ ਨੇ ਉਹਨਾਂ ਵੱਲ ਵੇਖ ਕੇ ਆਖਿਆ, ਮਨੁੱਖਾਂ ਕੋਲੋਂ ਇਹ ਅਣ ਹੋਣਾ ਹੈ ਪਰ ਪਰਮੇਸ਼ਵਰ ਕੋਲੋਂ ਨਹੀਂ, ਕਿਉਂਕਿ ਪਰਮੇਸ਼ਵਰ ਕੋਲੋਂ ਸਭ ਕੁਝ ਹੋ ਸਕਦਾ ਹੈ। ਹਾਲੇਲੂਇਆ। ਸੋ ਪ੍ਰਭੂ ਯਿਸੂ ਮਸੀਹ ਚੇਲਿਆਂ ਦੇ ਨਾਲ ਗੱਲਾਂ ਕਰਦੇ ਆ, ਦ੍ਰਿਸ਼ਟਾਂਤਾਂ ਦੇ ਵਿੱਚ ਗੱਲਾਂ ਕਰਨਾ ਪ੍ਰਭੂ ਯਿਸੂ ਮਸੀਹ ਦਾ ਬੜਾ ਹੀ ਪਿਆਰਾ ਜਿਹਾ ਸੁਭਾਅ ਆ। ਤੇ ਉਹ ਦ੍ਰਿਸ਼ਟਾਂਤ ਦੇ ਰੂਪ ਦੇ ਵਿੱਚ, ਉਦਾਹਰਣ ਦੇ ਰੂਪ ਦੇ ਵਿੱਚ ਕਹਾਣੀ ਜਿਹੀ ਸੁਣਾ ਕੇ ਉਹ ਭੇਤ ਦੀਆਂ ਵੱਡੀਆਂ ਵੱਡੀਆਂ ਗੱਲਾਂ ਚੇਲਿਆਂ ਨੂੰ ਸਮਝਾਉਂਦੇ ਰਹੇ ਤੇ ਸਮਝਾਉਣ ਦੀ ਕੋਸ਼ਿਸ਼ ਕਰਦੇ ਰਹੇ। ਬਹੁਤ ਸਾਰੀਆਂ ਗੱਲਾਂ ਚੇਲਿਆਂ ਨੂੰ ਸਮਝ ਆ ਜਾਂਦੀਆਂ ਸੀ, ਪਰ ਬਹੁਤ ਸਾਰੀਆਂ ਗੱਲਾਂ ਤੋਂ ਉੱਕ ਵੀ ਜਾਂਦੇ ਸੀ ਤੇ ਫਿਰ ਸਵਾਲ ਜਵਾਬ ਕਰਦੇ ਸੀ। ਕਈ ਗੱਲਾਂ ਦਾ ਜਵਾਬ ਪ੍ਰਭੂ ਯਿਸੂ ਮਸੀਹ ਦੇ ਦਿੰਦੇ ਸੀ ਤੇ ਕਈ ਗੱਲਾਂ ਦਾ ਰਹਿਣ ਦਿੰਦੇ ਸੀ, ਕਹਿੰਦੇ ਸੀ ਸਮੇਂ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਹੈ। ਤਾਂ ਇੱਥੇ ਵੀ ਇੱਕ ਦ੍ਰਿਸ਼ਟਾਂਤ ਦੇ ਰਹੇ ਆ, ਕਹਿੰਦੇ ਵੀ ਊਠ ਦਾ ਸੂਈ ਦੇ ਨੱਕੇ ਥਾਣੀ ਲੰਘਣਾ ਸੌਖਾ ਆ, ਧਨੀ ਦਾ ਸਵਰਗ ਦੇ ਵਿੱਚ ਜਾਣ ਨਾਲੋਂ, ਪਰਮੇਸ਼ਵਰ ਦੇ ਰਾਜ ਵਿੱਚ ਵੜਨ ਦੇ ਨਾਲੋਂ ਸੂਈ ਦੇ ਨੱਕੇ ਥਾਣੀ ਊਠ ਦਾ ਲੰਘਣਾ ਸੌਖਾ ਆ। ਤੇ ਜਦੋਂ ਪ੍ਰਭੂ ਯਿਸੂ ਮਸੀਹ ਨੇ ਇਹ ਗੱਲ ਕੀਤੀ ਤਾਂ ਚੇਲਿਆਂ ਨੇ ਫਿਰ ਸੋਚਿਆ ਆਪਸ ਵਿੱਚ ਗੱਲਾਂ ਕਰਦੇ, ਫਿਰ ਸਵਰਗ ਨੂੰ ਜਾਊਗਾ ਕੌਣ? ਪਰ ਪ੍ਰਭੂ ਯਿਸੂ ਮਸੀਹ ਨੇ ਇਹ ਦ੍ਰਿਸ਼ਟਾਂਤ ਕਿਉਂ ਦਿੱਤਾ, ਇਹਦਾ ਅਰਥ ਕੀ ਸੀ? ਜਦੋਂ ਇਨਸਾਨ ਦੇ ਕੋਲ ਬਹੁਤ ਕੁਛ ਹੁੰਦਾ ਆ, ਉਹਦੇ ਕੋਲੇ ਖਾਣੇ ਦੀ ਕਮੀ ਨਹੀਂ ਹੁੰਦੀ, ਪਹਿਨਣੇ ਦੀ ਕਮੀ ਨਹੀਂ ਹੁੰਦੀ, ਰਹਿਣ ਨੂੰ ਸੋਹਣਾ ਹੁੰਦਾ ਆ, ਉਹਨੂੰ ਏਦਾਂ ਲੱਗਦਾ ਜਿੱਦਾਂ ਮੈਨੂੰ ਪਰਮੇਸ਼ਵਰ ਦੀ ਲੋੜ ਨਹੀਂ ਆ, ਮੈਂ ਪਰਮੇਸ਼ਵਰ ਦੇ ਕੋਲੋਂ ਕੀ ਲੈਣਾ। ਉਹ ਆਪਣੇ ਆਪ ਦਾ ਆਪੇ ਹੀ ਪਰਮੇਸ਼ਵਰ ਬਣਿਆ ਹੁੰਦਾ ਉਸ ਵੇਲੇ। ਉਹਨੂੰ ਲੱਗਦਾ ਮੇਰਾ ਸਿੱਕਾ ਚੱਲਦਾ ਆ, ਮੇਰਾ ਹੁਕਮ ਚੱਲਦਾ ਆ, ਮੇਰੇ ਪੈਨ ਵਿੱਚ, ਮੇਰੇ ਦਸਤਖਤ ਦੇ ਵਿੱਚ ਜਿਹੜੀ ਆ ਤਾਕਤ ਆ, ਮੇਰੇ ਅਹੁਦੇ ਵਿੱਚ ਤਾਕਤ ਆ, ਮੇਰੇ ਪੈਸੇ ਵਿੱਚ ਤਾਕਤ ਆ। ਤੇ ਉਹ ਫਿਰ ਰੱਬ ਨੂੰ ਮੰਨਣ ਵਾਲੇ ਲੋਕਾਂ ਨੂੰ ਦੁਖੀ ਸਮਝਦਾ, ਲਾਚਾਰ ਸਮਝਦਾ ਜਾਂ ਗਰੀਬ ਸਮਝਦਾ ਆ, ਕਰਕੇ ਉਹ ਆਪਣੇ ਆਪ ਦਾ ਪਾਤਸ਼ਾਹ ਆਪੇ ਹੀ ਬਣਿਆ ਹੁੰਦਾ ਆ। ਔਰ ਜਿੰਨਾ ਜ਼ਿਆਦਾ ਇਨਸਾਨ ਦਾ ਖਲਾਰਾ ਆ, ਉਹਦਾ ਆਤਮਕ ਰੂਪ ਦੇ ਵਿੱਚ ਉਹਦਾ ਆਕਾਰ ਉਨਾ ਹੀ ਵੱਡਾ ਹੋ ਜਾਂਦਾ,
ਘਮੰਡ ਦੇ ਵਿੱਚ ਬਾਹਰੋਂ ਉਹ ਸਕਿਨੀ ਜਿਹਾ ਹੋ ਸਕਦਾ, ਪਤਲਾ ਜਿਹਾ ਹੋ ਸਕਦਾ ਆ, ਪਰ ਉਹਦੇ ਨਾਲ ਬਹੁਤ ਕੁਛ ਉਹ ਆਪਣੇ ਨਾਲ ਜੋੜੀ ਕੇ ਤੁਰਿਆ ਫਿਰਦਾ ਆ। ਉਹ ਜਿੱਧਰ ਨੂੰ ਵੀ ਜਾਂਦਾ ਆ ਆਪਣੇ ਘਮੰਡ ਨੂੰ ਆਪਣੇ ਨਾਲ ਹੀ ਚੱਕੀ ਫਿਰਦਾ, ਤੇ ਉਹਦੇ ਘਮੰਡ ਦੇ ਵਿੱਚ ਕੀ ਕੁਛ ਆ, ਉਹਦਾ ਪੈਸਾ ਆ, ਉਹਦਾ ਮਾਲ ਧਨ ਆ, ਉਹਦੀਆਂ ਫੈਕਟਰੀਆਂ ਆ, ਉਹਦੇ ਕਾਰੋਬਾਰ ਆ, ਉਹ ਸਾਰੀਆਂ ਚੀਜ਼ਾਂ ਨੂੰ ਇੱਕ ਪਲ ਲਈ ਵੀ ਆਪਣੇ ਤੋਂ ਵੱਖਰਾ ਨਹੀਂ ਕਰਦਾ। ਉਹ ਦੂਜੇ ਦੇਖਣ ਵਾਲੇ ਨੂੰ ਪਤਲਾ ਜਿਹਾ ਲੱਗਦਾ, ਪਰ ਜਦੋਂ ਆਪਣੇ ਆਪ ਨੂੰ ਦੇਖਦਾ ਆ ਉਹਦਾ ਆਕਾਰ ਬਹੁਤ ਵੱਡਾ ਹੀ ਆਪਣੇ ਆਪ ਨੂੰ ਉਹ ਸਮਝਦਾ ਆ। ਊਠ ਨਾਲੋਂ ਵੀ ਆਕਾਰ ਦੇ ਵਿੱਚ ਉਹ ਵੱਡਾ ਹੋ ਜਾਂਦਾ ਹੈ। ਇਸੇ ਲਈ ਪ੍ਰਭੂ ਯਿਸੂ ਮਸੀਹ ਕਹਿ ਰਹੇ ਕਿ ਊਠ ਤਾਂ ਭਾਵੇਂ ਸੂਈ ਦੇ ਨੱਕੇ ਥਾਣੀ ਲੰਘ ਜਾਵੇ, ਪਰ ਉਹਨੇ ਇਹ ਨਹੀਂ ਕਿਹਾ ਕਿ ਨਾਮੁਮਕਿਨ ਆ ਧਨੀ ਦਾ ਸਵਰਗ ਵਿੱਚ ਵੜਨਾ, ਪਰਮੇਸ਼ਵਰ ਦੇ ਰਾਜ ਵਿੱਚ ਵੜਨਾ। ਉਹਨੇ ਕਿਹਾ ਇਹਦੇ ਨਾਲੋਂ ਔਖਾ ਆ, ਸਧਾਰਨ ਗੱਲ ਨਹੀਂ ਆ। ਜਦੋਂ ਆਪਣੇ ਵੀ ਘਰਾਂ ਦੇ ਵਿੱਚ ਖੁਸ਼ੀਆਂ ਹੁੰਦੀਆਂ ਆ, ਬਹੁਤ ਘੱਟ ਲੋਕੀ ਆ ਜਿਹੜੇ ਪਰਮੇਸ਼ਵਰ ਨੂੰ ਮੁੱਖ ਰੱਖ ਕੇ ਖੁਸ਼ੀਆਂ ਸੈਲੀਬ੍ਰੇਟ ਕਰਦੇ ਆ, ਬਹੁਤ ਹੀ ਘੱਟ ਆ। ਨਹੀਂ ਤਾਂ ਉਹਨਾਂ ਨੂੰ ਏਦਾਂ ਲੱਗਦਾ ਸਾਡੇ ਰਿਸ਼ਤੇਦਾਰਾਂ ਨੇ ਗੁੱਸੇ ਹੋ ਜਾਣਾ, ਉਹ ਫਿਰ ਸ਼ਰਾਬ ਪਿਆਉਂਦੇ ਆ, ਨਾਚ ਗਾਣੇ ਕਰਦੇ ਆ, ਹੋਰ ਬਹੁਤ ਸਾਰੀਆਂ ਚੀਜ਼ਾਂ ਕਰਦੇ ਆ। ਪਰ ਜਦੋਂ ਵਿਪਤਾ ਪੈਂਦੀ ਆ ਉਸ ਵੇਲੇ ਫਿਰ ਪ੍ਰੇਅਰ ਟਾਵਰ ਨੂੰ ਫੋਨ ਲਾਉਣਾ, ਜਿੰਨੇ ਖੁਦਾ ਦੇ ਖਾਦਮਾਂ ਦੇ ਨੰਬਰ ਆ ਉਹਨਾਂ ਨੂੰ ਫੋਨ ਲਾਉਣਾ, ਜਿਹੜਾ ਵੀ ਕੋਈ ਆਇਆ ਉਹਨੂੰ ਵੀ ਕਹਿਣਾ ਤੁਸੀਂ ਵੀ ਅਰਦਾਸ ਬੇਨਤੀ ਕਰਿਓ ਸਾਡਾ ਬਚਾਅ ਹੋ ਜਾਵੇ, ਰੱਬ ਸਾਡੀ ਸੁਣ ਲਵੇ, ਸਾਡੇ ਉੱਤੇ ਰੱਬ ਨੂੰ ਤਰਸ ਆ ਜਾਵੇ। ਜਦੋਂ ਦੁੱਖ ਵਿੱਚ ਹੁੰਦਾ ਆ ਉਦੋਂ ਪਰਮੇਸ਼ਵਰ ਨੂੰ ਪਹਿਲ ਦਿੰਦਾ ਆ, ਪਰ ਜਦੋਂ ਖੁਸ਼ੀਆਂ ਦੇ ਵਿੱਚ ਹੁੰਦਾ ਆ ਉਦੋਂ ਪਾਪ ਨੂੰ ਪਹਿਲ ਦਿੰਦਾ ਆ, ਉਦੋਂ ਵਿਸਰ ਜਾਂਦਾ ਆ, ਭੁੱਲ ਜਾਂਦਾ ਆ। ਬਹੁਤ ਸਾਰੇ ਲੋਕ ਆ ਕਈ ਵਾਰੀ ਉਹ ਆਪਦੇ ਖੁਸ਼ੀਆਂ ਦੇ ਟਾਈਮ ਦੇ ਵਿੱਚ ਘਰਾਂ ਦੇ ਵਿੱਚ ਬੰਦਗੀ ਵੀ ਕਰਾ ਲੈਂਦੇ ਆ, ਪਰ ਉਹ ਇੱਕ ਫਾਰਮੈਲਿਟੀ ਹੁੰਦੀ ਹੈ, ਕਿਉਂਕਿ ਉਹ 2-3 ਘੰਟੇ ਦੇ ਬਾਅਦ ਸਾਰਾ ਹੀ ਵਾਤਾਵਰਣ ਬਦਲ ਦਿੰਦੇ ਆ। ਉਹ ਭੁੱਲ ਹੀ ਜਾਂਦੇ ਆ ਕਿ ਅਸੀਂ ਕੌਣ ਆ ਤੇ ਇਹ ਸਮਾਂ ਜਿਹੜਾ ਆ ਇਸ ਅਸੀਂ ਕਿੱਦਾਂ ਸੰਭਾਲਣਾ ਯਾਰ, ਇਸ ਸੁੰਦਰ ਸਮੇਂ ਵਿੱਚ ਅਸੀਂ ਇੱਕ ਇਮਤਿਹਾਨ ਦੇ ਵਿੱਚ ਆ। ਉਹਨਾਂ ਨੂੰ ਯਾਦ ਨਹੀਂ ਰਹਿੰਦਾ ਸੀ ਇਮਤਿਹਾਨ ਦੇ ਵਿੱਚ, ਉਹ ਬਿਲਕੁਲ ਵਿਸਾਰ ਦਿੰਦੇ ਇਸ ਚੀਜ਼ ਨੂੰ। ਪਰ ਉਸ ਵੇਲੇ ਅਸੀਂ ਇੱਕ ਇਮਤਿਹਾਨ ਦੇ ਵਿੱਚ ਹੁੰਦੇ ਹਾਂ ਜਿਹੜਾ ਇਮਤਿਹਾਨ ਸਿੱਧਾ ਪਰਮੇਸ਼ਵਰ ਤੋਂ ਲਿਆ ਜਾ ਰਿਹਾ ਹੁੰਦਾ, ਕਿ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਉਹਦੇ ਵਿੱਚ ਅਸੀਂ ਕਿੰਨੇ ਕੁ ਵਫਾਦਾਰ ਹਾਂ, ਜੋ ਧਨ ਪਰਮੇਸ਼ਵਰ ਨੇ ਸਾਨੂੰ ਸੈਲੀਬ੍ਰੇਟ ਕਰਨ ਲਈ ਦਿੱਤਾ ਉਸ ਧਨ ਦੇ ਨਾਲ ਅਸੀਂ ਕਿਹੋ ਜਿਹੀ ਸੈਲੀਬ੍ਰੇਸ਼ਨ ਕਰ ਰਹੇ ਹਾਂ, ਕਿਹੋ ਜਿਹਾ ਉਤਸਵ ਮਨਾ ਰਹੇ ਹਾਂ, ਉਸ ਪੈਸੇ ਨੂੰ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਅਸੀਂ ਕਿਹੋ ਜਿਹੇ ਕੰਮਾਂ ਦੇ ਲਈ ਖਰਚ ਰਹੇ ਹਾਂ। ਤੁਸੀਂ ਚਾਹੋ ਤਾਂ ਉਸ ਸਮੇਂ ਵਿੱਚ ਜੋ ਪੈਸਾ ਤੁਸੀਂ ਦਾਰੂ ਤੇ ਖਰਚ ਕਰਨਾ ਆ, ਹੋਰ ਗਲਤ ਕੰਮਾਂ ਵਾਸਤੇ ਖਰਚ ਕਰਨਾ, ਗਲਤ ਮਲਤ ਗੀਤ ਸੰਗੀਤ ਵਾਸਤੇ ਖਰਚ ਕਰਨਾ, ਤੁਸੀਂ ਚਾਹੋ ਤਾਂ ਉਸੇ ਪੈਸੇ ਨਾਲ ਤੁਸੀਂ ਚੈਰਿਟੀ ਵੀ ਕਰ ਸਕਦੇ ਹੋ। ਅਰ ਤੁਸੀਂ
ਆਪਣੇ ਰਿਸ਼ਤੇਦਾਰਾਂ ਭੈਣਾਂ ਭਰਾਵਾਂ ਦੇ ਵਿੱਚ ਆਪਣੀ ਇੱਕ ਗੁੱਡ ਐਗਜ਼ਾਮਪਲ ਸੈੱਟ ਕਰ ਸਕਦੇ, ਇੱਕ ਚੰਗਾ ਨਮੂਨਾ ਪੇਸ਼ ਕਰ ਸਕਦੇ ਆ ਕਿ ਅਸੀਂ ਉਹ ਪੈਸਾ ਜਿਹੜਾ ਸ਼ਰਾਬੀਆਂ ਦੇ ਮੂੰਹ ਵਿੱਚ ਪਾਉਣਾ ਸੀਗਾ ਅਸੀਂ ਕਿਸੇ ਦੀ ਮਦਦ ਕਰ ਰਹੇ ਹਾਂ। ਹੋ ਸਕਦਾ ਸਾਰਿਆਂ ਦਾ ਨਹੀਂ, ਕਿਸੇ ਦੋ ਤਿੰਨਾਂ ਦਾ ਦਿਲ ਬਦਲ ਜਾਵੇ ਉਹ ਵੀ ਏਦਾਂ ਕਰਨ ਲੱਗ ਜਾਣ। ਅਰ ਜਿਹੜੀ ਦੁਆ ਜਿਹੜੀ ਆਸ਼ਿਸ਼ ਸਾਨੂੰ ਜ਼ਰੂਰਤਮੰਦ ਦੀ ਜ਼ਰੂਰਤ ਪੂਰੀ ਕਰਨ ਦੇ ਬਾਅਦ ਵਿੱਚ ਮਿਲਣੀ ਆ, ਕਿਸੇ ਸ਼ਰਾਬੀ ਨੇ ਤੁਹਾਨੂੰ ਦੁਆ ਨਹੀਂ ਦੇਣੀ, ਕਿਸੇ ਨੇ ਡੀਜੇ ਤੇ ਨੱਚ ਕੇ ਤੁਹਾਨੂੰ ਦੁਆਵਾਂ ਨਹੀਂ ਦੇਣੀਆਂ। ਕਪੱਤ ਕਰ ਸਕਦੇ ਆ, ਲੜਾਈ ਕਰ ਸਕਦੇ ਆ, ਗਾਲਾਂ ਕੱਢ ਸਕਦੇ ਆ, ਮਾਹੌਲ ਨੂੰ ਵਿਗਾੜ ਸਕਦੇ ਆ, ਤੁਹਾਡੀ ਖੁਸ਼ੀ ਨੂੰ ਖਰਾਬ ਤਾਂ ਕਰ ਸਕਦੇ ਆ ਉਹ, ਪਰ ਜਦੋਂ ਤੁਸੀਂ ਚੰਗਾ ਕੰਮ ਕਰਦੇ ਉਹਦੀ ਬਲੈਸਿੰਗ ਮਿਲਦੀ ਆ, ਉਹਦੀ ਆਸ਼ੀਸ਼ ਮਿਲਦੀ ਆ। ਤਾਂ ਜੋ ਕੁਛ ਪਰਮੇਸ਼ਵਰ ਨੇ ਸਾਨੂੰ ਦਿੱਤਾ ਆ ਅਸੀਂ ਉਹਨੂੰ ਕਿੱਦਾਂ ਇਸਤੇਮਾਲ ਕਰਨਾ ਆ, ਇਸ ਗੱਲ ਲਈ ਜਦੋਂ ਵੀ ਪੈਸੇ ਦੀ ਵਰਤੋਂ ਕਰੋ ਯਾਦ ਰੱਖਿਓ ਕਿ ਜਿੱਥੇ ਮੈਂ ਖਰਚ ਰਿਹਾ ਆ ਇਹ ਦੇਖਿਆ ਜਾ ਰਿਹਾ ਆ ਪਰਮੇਸ਼ਵਰ ਦੇ ਵੱਲੋਂ, ਕਿਉਂਕਿ ਇਹ ਪਰਮੇਸ਼ਵਰ ਦਾ ਦਿੱਤਾ ਵਚਨ ਚ ਲਿਖਿਆ ਧਨ ਕਮਾਉਣ ਦਾ ਬਲ ਵੀ ਪਰਮੇਸ਼ਵਰ ਵੱਲੋਂ ਆ। ਅਰ ਕਹਾਵਤਾਂ ਦੀ ਕਿਤਾਬ ਦੇ ਵਿੱਚ ਲਿਖਿਆ ਜਿਹਦੇ ਤੇ ਉਹ ਮਿਹਰਬਾਨ ਆ ਉਹਨੂੰ ਉਹ ਕੀ ਦਿੰਦਾ ਆ, ਧਨ ਆਦਰ ਤੇ ਲੰਬਾ ਜੀਵਨ। ਸੋ ਜੇ ਉਹ ਸਾਡੇ ਉੱਤੇ ਮਿਹਰਬਾਨ ਆ ਫਿਰ ਅਸੀਂ ਉਹਦੀ ਕਿਰਪਾ ਵਿੱਚ ਬਣੇ ਰਹਿਣਾ ਚਾਹੁੰਦੇ ਆ ਲੌਂਗ ਟਾਈਮ ਲਈ, ਤੇ ਆਪਾਂ ਬਹੁਤ ਸੋਚ ਕੇ ਸਮਝ ਕੇ ਚੱਲਣਾ ਆ। ਜੇ ਆਪਾਂ ਖੁਸ਼ੀ ਦੇ ਟਾਈਮ ਵਿੱਚ ਖੁਸ਼ੀ ਦੇ ਟਾਈਮ ਤੋਂ ਪਹਿਲਾਂ ਵੀ ਜੇ ਆਪਾਂ ਪਰਮੇਸ਼ਵਰ ਦੇ ਵਿੱਚ ਸਹੀ ਤਰ੍ਹਾਂ ਚੱਲੀਏ ਧੰਨਵਾਦ ਕਰਦੇ ਰਹੀਏ, ਤੁਹਾਨੂੰ ਪਤਾ ਫਿਰ ਦੁੱਖ ਦਾ ਟਾਈਮ ਆਉਣਾ ਹੀ ਨਹੀਂ ਆ। ਕਰਕੇ ਫਿਰ ਉਹਨੇ ਮਿਹਰਬਾਨ ਰਹਿਣਾ, ਤੇ ਜੇ ਉਹ ਮਿਹਰਬਾਨ ਆ ਤਾਂ ਫਿਰ ਉਹਨੇ ਜਿਉਣ ਵੀ ਦੇਣਾ ਆ, ਲੰਮੇ ਵਰੇ ਦੇਣੇ ਆ ਉਹਨੇ, ਕਿਉਂਕਿ ਪਰਮੇਸ਼ਵਰ ਦੇ ਵਚਨ ਵਿੱਚ ਲਿਖਿਆ ਕਹਿੰਦਾ ਆਰਜ਼ਾ ਦੇ ਵਾਅਦੇ ਨਾਲ ਮੈਂ ਤੇਰੀ ਨਿਸ਼ਾ ਕਰੂੰਗਾ, ਲੰਬੀ ਉਮਰ ਦੇ ਨਾਲ, ਸੈਟੀਸਫਾਈਂਗ ਲਾਈਫ, ਲੌਂਗ ਲਾਈਫ। ਤੇ ਹਰ ਇਨਸਾਨ ਲੰਮਾ ਜੀਵਨ ਜੀਣਾ ਚਾਹੁੰਦਾ ਹੈ। ਅਗਰ ਤੁਸੀਂ ਚਾਹੁੰਦੇ ਆ ਕਿ ਆਪਾਂ ਇਸ ਧਰਤੀ ਉੱਤੇ ਲੰਬਾ ਜੀਵਨ ਜੀਏ ਫਿਰ ਆਪਾਂ ਬੁੱਧ ਨਾਲ ਚੱਲਣਾ ਆ, ਵਿਜ਼ਡਮ ਦੇ ਨਾਲ, ਅਕਲ ਦੇ ਨਾਲ, ਤੇ ਫਿਰ ਆਪਣੇ ਦਿਨ ਵੱਧਦੇ ਹੀ ਜਾਣੇ ਆ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚੋਂ। ਪਰ ਜਦੋਂ ਇਨਸਾਨ ਕਸ਼ਟ ਦੇ ਵਿੱਚ ਹੁੰਦਾ ਆ ਉਦੋਂ ਉਹ ਵਰਤ ਰੱਖਣ ਨੂੰ ਵੀ ਤਿਆਰ ਹੁੰਦਾ ਆ, ਦੁੱਖ ਦੇ ਵਿੱਚ ਜੇ ਤੁਸੀਂ ਉਹਨੂੰ ਕਹੋ ਤੂੰ ਹੁਣ ਵਰਤ ਰੱਖ ਕੇ ਪ੍ਰਾਰਥਨਾ ਕਰ, ਉਹਨੇ ਕਹਿਣਾ ਠੀਕ ਆ ਮੈਂ ਰੱਖ ਲੂੰਗਾ ਵਰਤ, ਬਸ ਕੁਛ ਵੀ ਕਰਕੇ ਪਰਮੇਸ਼ਵਰ ਮੇਰੇ ਤੇ ਮਿਹਰਬਾਨ ਹੋ ਜਾਵੇ, ਕੁਛ ਵੀ ਕਰਕੇ ਹੁਣ ਮੇਰੀ ਪ੍ਰਾਰਥਨਾ ਸੁਣੀ ਜਾਵੇ। ਪਰ ਉਹ ਸੱਚੀ ਇੰਨਾ ਮਿਹਰਬਾਨ ਆ, ਭਾਵੇਂ ਤੁਸੀਂ ਖੁਸ਼ੀਆਂ ਦੇ ਵਿੱਚ ਉਹਨੂੰ ਭੁਲਾ ਛੱਡਿਆ ਸੀ, ਦੁੱਖਾਂ ਵਿੱਚ ਚੇਤੇ ਕੀਤਾ, ਉਹਨੇ ਤੁਹਾਨੂੰ ਨਹੀਂ ਭੁਲਾਇਆ, ਤੁਹਾਡੀਆਂ ਦੁੱਖਾਂ ਵਿੱਚ ਕੀਤੀਆਂ ਹੋਈਆਂ ਪ੍ਰਾਰਥਨਾਵਾਂ ਦਾ ਉੱਤਰ ਵੀ ਉਹਨੇ ਦੇ ਦਿੱਤਾ, ਤਾਦੀ ਗਵਾਹੀਆਂ ਬਣਦੀਆਂ ਆ। ਤੁਸੀਂ ਦੁੱਖ ਵਿੱਚ ਸੀ, ਤੁਸੀਂ ਪ੍ਰਾਰਥਨਾ ਕੀਤੀ, ਪਰਮੇਸ਼ਵਰ ਨੇ ਉੱਤਰ ਦਿੱਤਾ ਤੇ ਤੁਹਾਡੀ ਗਵਾਹੀ ਬਣੀ। ਹਾਲੇਲੂਇਆ। ਇਹੀ ਐਗਜ਼ਾਮਪਲ ਥੋੜੇ
ਵਿੱਚ ਪ੍ਰਭੂ ਯਿਸੂ ਮਸੀਹ ਚੇਲਿਆਂ ਨੂੰ ਦੇ ਰਹੇ ਆ। ਕਹਿੰਦੇ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਇਸ ਨਾਲੋਂ ਸਿਖਾਲਾ ਆ ਭਈ ਧਨੀ ਪਰਮੇਸ਼ਵਰ ਦੇ ਰਾਜ ਵਿੱਚ ਵੜੇ, ਕਿਉਂਕਿ ਧਨ ਦੇ ਜ਼ੋਰ ਦੇ ਨਾਲ ਇਨਸਾਨ ਗਲਤੀਆਂ ਬਹੁਤ ਕਰਦਾ ਹੈ। ਉਹ ਕਿਸੇ ਸਧਾਰਨ ਵਿਅਕਤੀ ਦੀ ਮਦਦ ਨਹੀਂ ਕਰਦਾ, ਸਧਾਰਨ ਵਿਅਕਤੀ ਨਾਲ ਉਹਨੂੰ ਗੱਲ ਕਰਨੀ ਪਸੰਦ ਨਹੀਂ ਆ। ਤਕਰੀਬਨ ਧਨ ਦਾ ਘਮੰਡ ਸਾਡੇ ਕੋਲੋਂ ਪਰਮੇਸ਼ਵਰ ਦੀਆਂ ਆਗਿਆਵਾਂ ਜਿਹੜੀਆਂ ਆ ਉਹ ਤੁੜਵਾ ਦਿੰਦਾ ਆ। ਧਨ ਮਾੜਾ ਨਹੀਂ ਆ, ਪਰ ਧਨ ਦਾ ਘਮੰਡ ਬਹੁਤ ਮਾੜੀ ਚੀਜ਼ ਹੈ। ਔਰ ਜਦੋਂ ਅਸੀਂ ਪਰਮੇਸ਼ਵਰ ਦੇ ਹੁਕਮਾਂ ਨੂੰ ਤੋੜਦੇ ਹਾਂ ਉਦੋਂ ਅਸੀਂ ਉਹਦੀ ਕਿਰਪਾ ਤੋਂ ਬਾਹਰ ਹੋ ਜਾਂਦੇ ਹਾਂ। ਤੇ ਜਦੋਂ ਚੇਲੇ ਇਹ ਗੱਲ ਸੁਣ ਰਹੇ ਆ ਤੇ ਉਹ ਆਪਸ ਵਿੱਚ ਗੱਲਾਂ ਕਰਦੇ, ਕਹਿੰਦੇ ਫਿਰ ਕੌਣ ਬੜੂਗਾ ਸਵਰਗ ਦੇ ਵਿੱਚ? ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕਿਹਾ ਆ? ਯਿਸੂ ਨੇ ਉਹਨਾਂ ਵੱਲ ਵੇਖ ਕੇ ਆਖਿਆ, ਮਨੁੱਖਾਂ ਕੋਲੋਂ ਇਹ ਅਣ ਹੋਣਾ ਹੈ ਪਰ ਪਰਮੇਸ਼ਵਰ ਕੋਲੋਂ ਨਹੀਂ, ਕਿਉਂਕਿ ਪਰਮੇਸ਼ਵਰ ਕੋਲੋਂ ਸਭ ਕੁਝ ਹੋ ਸਕਦਾ ਹੈ। ਇਹ ਮਨੁੱਖਾਂ ਕੋਲੋਂ ਅਣ ਹੋਣਾ ਆ ਕਿ ਉਹ ਆਪਣੀ ਸਮਝ ਦੇ ਨਾਲ ਪਰਮੇਸ਼ਵਰ ਨੂੰ ਮੰਨ ਸਕਣ, ਇਹ ਮਨੁੱਖਾਂ ਲਈ ਅਣ ਹੋਣਾ ਆ ਕਿ ਉਹ ਆਪਣੇ ਜ਼ੋਰ ਨਾਲ ਪਰਮੇਸ਼ਵਰ ਨੂੰ ਖੁਸ਼ ਕਰ ਸਕਣ, ਇਹ ਮਨੁੱਖਾਂ ਤੋਂ ਅਣ ਹੋਣਾ ਆ ਕਿ ਉਹ ਆਪਣੇ ਜ਼ੋਰ ਸਮਝ ਦੇ ਨਾਲ ਆਪਣੇ ਗੁਣ ਨਾਲ ਆਪਣੇ ਧਨ ਨਾਲ ਪਰਮੇਸ਼ਵਰ ਦੇ ਰਾਜ ਵਿੱਚ ਵੜ ਸਕਣ। ਪਰ ਕਹਿੰਦਾ ਪਰਮੇਸ਼ਵਰ ਤੋਂ ਨਹੀਂ। ਜੇ ਪਰਮੇਸ਼ਵਰ ਮਿਹਰਬਾਨ ਆ ਤੇ ਉਹ ਰਾਜਿਆਂ ਨੂੰ ਵੀ ਆਪਣੇ ਜਿਹੜੇ ਆ ਪੈਰੋਕਾਰ ਬਣਾ ਲੈਂਦਾ ਆ। ਜੇ ਪਰਮੇਸ਼ਵਰ ਕਿਸੇ ਉੱਤੇ ਮਿਹਰਬਾਨ ਆ ਉਹ ਤਖਤੋਂ ਤਾਜ ਦੇ ਮਾਲਕਾਂ ਦੇ ਜਿਹੜੇ ਦਿਲ ਆ ਉਹਨਾਂ ਨੂੰ ਵੀ ਹਲੀਮ ਤੇ ਨਰਮ ਕਰ ਦਿੰਦਾ ਆ। ਕਹਿੰਦਾ ਇਹ ਮਨੁੱਖਾਂ ਤੋਂ ਅਣ ਹੋਣਾ ਆ ਪਰ ਪਰਮੇਸ਼ਵਰ ਤੋਂ ਨਹੀਂ, ਪਰਮੇਸ਼ਵਰ ਤੋਂ ਸਭ ਕੁਝ ਹੋ ਸਕਦਾ ਆ। ਕੀ ਹੋ ਸਕਦਾ ਆ? ਇੱਥੇ ਕਿਹੜੀ ਗੱਲ ਕੀਤੀ ਜਾ ਸਕਦੀ ਹੈ, ਜਾ ਰਹੀ ਹੈ ਸਵਰਗ ਨੂੰ ਜਾਣ ਦੀ। ਪ੍ਰਭੂ ਜਿਹਨੂੰ ਚਾਹਣ ਉਹਨੂੰ ਉਹ ਸਵਰਗ ਰਾਜ ਵਿੱਚ ਲੈ ਕੇ ਆ ਸਕਦੇ ਆ। ਕਈ ਵਾਰੀ ਆਪਾਂ ਨੂੰ ਲੱਗਦਾ ਆ ਕਿ ਫਲਾਨਾ ਆਦਮੀ ਜਿਹੜਾ ਆ ਉਹ ਬਹੁਤ ਗਲਤ ਆ, ਉਹ ਕਦੀ ਸਵਰਗ ਰਾਜ ਵਿੱਚ ਐਂਟਰ ਨਹੀਂ ਕਰ ਸਕਦਾ, ਪਰਮੇਸ਼ਵਰ ਕਦੀ ਉਹਦੇ ਜੀਵਨ ਤੋਂ ਖੁਸ਼ ਨਹੀਂ ਹੋ ਸਕਦਾ, ਉਹ ਤਾਂ ਬਹੁਤ ਕਾਤਿਲ ਵਿਅਕਤੀ ਆ, ਉਹ ਬਹੁਤ ਵਿਭਚਾਰੀ ਵਿਅਕਤੀ ਆ, ਬਹੁਤ ਗੁੰਡਾਗਰਦੀ ਕਰਨ ਵਾਲਾ ਵਿਅਕਤੀ ਆ, ਲੜਾਕਾ ਆ, ਚੋਰ ਆ, ਹਰਾਮ ਖੋਰ ਆ। ਪਰ ਜੇ ਪਰਮੇਸ਼ਵਰ ਨੇ ਉਹਦੇ ਦਿਨ ਚੁਣ ਲਏ, ਪਰਮੇਸ਼ਵਰ ਨੇ ਉਹਦੇ ਸਮੇਂ ਉੱਤੇ ਮੋਹਰ ਲਾ ਦਿੱਤੀ, ਪਰਮੇਸ਼ਵਰ ਨੇ ਉਸ ਇਨਸਾਨ ਨੂੰ ਵੀ ਬਦਲ ਦੇਣਾ ਹੈ। ਆਪਾਂ ਕਿਹੜਾ ਬਹੁਤ ਚੰਗੇ ਸੀਗੇ, ਜੇ ਆਪਾਂ ਆਪਣੇ ਜੀਵਨ ਵੱਲ ਨੂੰ ਝਾਤੀ ਮਾਰੀਏ, ਆਪਣੇ ਜੀਵਨ ਵਿੱਚ ਵੀ ਬਹੁਤ ਪਾਪ ਸੀ, ਬਹੁਤ ਹੇਰਾ ਫੇਰੀਆਂ ਸੀ, ਬਹੁਤ ਚੀਜ਼ਾਂ ਗਲਤ ਸੀ ਜਿਹੜੀਆਂ ਪ੍ਰਭੂ ਨੇ ਬਸ ਚੁੱਪ ਕਰਕੇ ਢੱਕ ਲਈਆਂ। ਜੇ ਉਹ ਜ਼ਾਹਿਰ ਹੋ ਜਾਣ, ਸ਼ਾਇਦ ਸਾਡੇ ਆਪਣੇ ਘਰ ਦੇ, ਸਾਡੇ ਆਪਣੇ ਮਾਂ ਪਿਓ ਵੀ ਸਾਨੂੰ ਅਸੈਪਟ ਨਾ ਕਰਨ। ਇਹੋ ਜਿਹੀਆਂ ਗਲਤੀਆਂ ਸਾਡੇ ਜੀਵਨ ਦੀਆਂ ਪਰਮੇਸ਼ਵਰ ਨੇ ਢਕੀਆਂ ਹੋਈਆਂ ਆ। ਹਰ ਵਿਅਕਤੀ ਪਾਪੀ ਤੇ ਗੁਨਾਹਗਾਰ ਆ, ਭਾਵੇਂ ਥੋੜਾ ਆ ਭਾਵੇਂ ਬਹੁਤਾ ਆ, ਪਰ ਬਹੁਤ ਗਲਤੀਆਂ ਆ। ਨਿਆਣੇ ਆਪਣੇ ਮਾਂ ਪਿਓ ਤੋਂ ਚੋਰੀ, ਬਹੁਤ ਗਲਤੀਆਂ ਕਰਦੇ ਆ।
ਪਾਈ ਜਾਂਦੇ ਆ, ਗਲਤੀਆਂ ਕਰੀ ਜਾਂਦੇ ਆ। ਆਪਾਂ ਵੀ ਉਹਨਾਂ ਵਿੱਚੋਂ ਹੀ ਸੀ, ਪਰ ਇਹ ਪਰਮੇਸ਼ਵਰ ਤੋਂ ਹੋ ਸਕਿਆ ਕਿ ਉਹਨੇ ਸਾਡੇ ਪਾਪ ਮਾਫ ਕੀਤੇ ਆ, ਉਹਨੇ ਸਾਡੀਆਂ ਗਲਤੀਆਂ ਮਾਫ ਕੀਤੀਆਂ, ਉਹਨੇ ਢੱਕ ਲਈਆਂ। ਆਪਾਂ ਜਦੋਂ ਕਿਹਾ ਕਿ ਪ੍ਰਭੂ ਜੀ ਅਸੀਂ ਪਾਪੀ ਤੇ ਗੁਨਾਹਗਾਰ ਆ, ਸਾਨੂੰ ਮਾਫ ਕਰ ਦਿਓ, ਪਰਮੇਸ਼ਵਰ ਨੇ ਸਾਡੇ ਗੁਨਾਹਾਂ ਉੱਤੇ ਪਰਦਾ ਪਾ ਦਿੱਤਾ। ਤੇ ਇਹ ਕੰਮ ਸਿਰਫ ਪ੍ਰਭੂ ਜੀ ਹੀ ਕਰ ਸਕਦੇ, ਕੋਈ ਹੋਰ ਵਿਅਕਤੀ ਨਹੀਂ ਕਰ ਸਕਦਾ। ਭਾਵੇਂ ਕੋਈ ਜਿੰਨਾ ਮਰਜ਼ੀ ਆਪਣੇ ਆਪ ਦੇ ਵਿੱਚ ਧਰਮਾਤਮਾ ਹੋਵੇ, ਪਰ ਜੇ ਉਹਨੂੰ ਪਤਾ ਲੱਗੇ ਜਿਹੜਾ ਮੇਰੇ ਨਾਲ ਤੁਰਿਆ ਫਿਰਦਾ ਆ, ਇਹ ਮੇਰੇ ਲਈ ਮਨ ਵਿੱਚ ਪਾਪ ਰੱਖਦਾ ਆ, ਇਹਦਾ ਜੀਵਨ ਗਲਤ ਆ, ਉਹ ਤੋਂ ਮਾਫ ਨਹੀਂ ਕਰ ਹੋਣਾ। ਇਹ ਤਾਂ ਸਿਰਫ ਯਿਸੂ ਮਸੀਹ ਹੀ ਹੋਇਆ ਜਿਹਦੇ ਨਾਲ ਯਹੂਦਾ ਇਸਕਰੀਓਤੀ ਤੁਰਿਆ ਜਾਂਦਾ ਸੀਗਾ, ਔਰ ਹਰ ਪਲ ਪਤਾ ਸੀ ਇਹੀ ਉਹ ਆ ਜਿਹਨੇ ਮੈਨੂੰ 30 ਸਿੱਕਿਆਂ ਦੇ ਪਿੱਛੇ ਵੇਚ ਦੇਣਾ, 30 ਮੋਹਰਾਂ ਦੇ ਪਿੱਛੇ ਵੇਚ ਦੇਣਾ। ਫਿਰ ਵੀ ਯਹੂਦਾ ਨੂੰ ਮੱਥੇ ਵੱਟ ਨਹੀਂ ਪਾਇਆ, ਐਂਡ ਵੇੜੇ ਵੀ ਉਹਦੇ ਨਾਲ ਬਹਿ ਕੇ ਭੋਜਨ ਛਕਿਆ। ਇਹ ਸਿਰਫ ਯਿਸੂ ਮਸੀਹ ਸੀ। ਤੇ ਜਿੱਦਣ ਅਸੀਂ ਯਹੂਦਾ ਨੂੰ ਬਰਦਾਸ਼ਤ ਕਰਨਾ ਸਿੱਖ ਲਿਆ, ਉਸ ਦਿਨ ਅਸੀਂ ਯਿਸੂ ਮਸੀਹ ਦੇ ਪ੍ਰੇਮ ਨੂੰ ਸਮਝ ਸਕਾਂਗੇ। ਸਾਨੂੰ ਪਤਾ ਲੱਗ ਜਾਵੇ ਕਿ ਫਲਾਨਾ ਵਿਅਕਤੀ ਸਾਡੇ ਵਿਰੁੱਧ ਯੋਜਨਾ ਬਣਾ ਰਿਹਾ, ਲੱਗਦੀ ਬਾਂਹ ਨੂੰ ਉਦੋਂ ਹੀ ਪੈਰੀਂ ਜੁੱਤੀ ਪਾ ਕੇ ਤੁਰ ਪੈਣਾ ਵੀ ਇਹਨੂੰ ਦੱਸਦੇ ਆ, ਪਰ ਸਾਰਾ ਹੀ ਪਤਾ ਸੀ ਪ੍ਰਭੂ ਯਿਸੂ ਮਸੀਹ ਨੂੰ। ਫੇਰ ਵੀ ਉਹਨੇ ਬਰਦਾਸ਼ਤ ਕੀਤਾ, ਇਹ ਉਹਦੇ ਪਿਆਰ ਦਾ ਹੀ ਕਮਾਲ ਆ ਕਿ ਅੱਜ ਆਪਾਂ ਸਾਰੇ ਇੱਥੇ ਹਰ ਰੋਜ਼ ਗਲਤੀਆਂ ਕਰਨ ਦੇ ਬਾਵਜੂਦ ਫੇਰ ਇੱਥੇ ਬੈਠੇ ਹਾਂ। ਬਪਤਿਸਮੇ ਲੈ ਕੇ ਵੀ ਆਪਾਂ ਗਲਤੀਆਂ ਕਰਨੀਆਂ ਛੱਡੀਆਂ ਨਹੀਂ, ਤੌਬਾ ਕਰਕੇ ਵੀ ਗਲਤੀਆਂ ਕਰਨੀਆਂ ਛੱਡੀਆਂ ਨਹੀਂ। ਉਹ ਤਾਂ ਆਪਾਂ ਪਿਛਲੇ ਪਾਪਾਂ ਦੀ ਤੌਬਾ ਕੀਤੀ ਸੀ, ਨਵੇਂ ਤਾਂ ਅਜੇ ਵੀ ਚੱਲਦੇ ਆ। ਅਜੇ ਕਿਹੜਾ ਆਪਾਂ ਪੂਰੀ ਤਰ੍ਹਾਂ ਨਾਲ ਤੌਬਾ ਕਰ ਲਈ ਵੀ ਹੁਣ ਕਰਦੇ ਹੀ ਨਹੀਂ ਗਲਤੀਆਂ, ਹਾਲੇ ਵੀ ਬਹੁਤ ਰੋਂਗ ਆ ਸਾਡੇ ਜੀਵਨ ਦੇ ਵਿੱਚ ਚੀਜ਼ਾਂ, ਅਜੇ ਵੀ ਪੂਰੀ ਤਰ੍ਹਾਂ ਸੁਭਾਅ ਬਦਲਿਆ ਨਹੀਂ। ਫੇਰ ਵੀ ਸ਼ੁਕਰ ਗੁਜ਼ਾਰ ਆ ਉਸ ਪਰਮੇਸ਼ਵਰ ਦੇ ਜਿਹੜਾ ਇਹੋ ਜਿਹੇ ਡੱਬ ਖੜੱਬਿਆਂ ਨੂੰ ਵੀ ਲਈ ਫਿਰਦਾ ਆ, ਜਿਹੜਾ ਸਾਨੂੰ ਸਭਨਾਂ ਨੂੰ ਬਰਦਾਸ਼ਤ ਕਰੀ ਜਾਂਦਾ ਆ। ਨਿੱਤ ਦਿਹਾੜੇ ਸਾਡੀਆਂ ਗਲਤੀਆਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਕੇ ਇੱਕ ਨਵੇਂ ਦਿਨ ਦੀ ਦਾਤ ਸਾਨੂੰ ਬਖਸ਼ ਦਿੰਦਾ ਆ। ਸਦਕੇ ਜਾਈਏ ਉਸ ਪਰਮੇਸ਼ਵਰ ਦੇ ਜਿਹੜਾ ਇੰਨਾ ਦਿਆਲੂ ਆ। ਇਹ ਉਹਦਾ ਫਜ਼ਲ ਆ ਕਿ ਆਪਣੇ ਸਾਹ ਚੱਲ ਰਹੇ ਆ। ਜੇ ਕਿਤੇ ਉਹ ਲੇਖਾ ਜੋਖਾ ਕਰਨ ਤੇ ਆ ਜਾਵੇ ਸਾਰਿਆਂ ਨੇ ਮਿਟ ਜਾਣਾ, ਕੋਈ ਉਹਦੇ ਅੱਗੇ ਠਹਿਰ ਨਹੀਂ ਸਕਦਾ, ਇੱਕ ਵੀ ਨਹੀਂ। ਇਹਨਾਂ ਦਿਨਾਂ ਦੇ ਲੋਕਾਂ ਦੇ ਵਿੱਚੋਂ ਇੱਕ ਵੀ ਨਹੀਂ। ਪਰ ਫਿਰ ਵੀ ਉਹ ਮਿਹਰਬਾਨ ਆ, ਇਹ ਉਹਦੀ ਕਿਰਪਾ ਆ ਕਿ ਆਪਾਂ ਜ਼ਿੰਦਾ ਆ। ਪਰ ਆਪਾਂ ਨੂੰ ਉਹਦੀ ਕਿਰਪਾ ਦਾ ਨਜਾਇਜ਼ ਫਾਇਦਾ ਨਹੀਂ ਚੱਕਣਾ ਚਾਹੀਦਾ। ਆਪਾਂ ਨੂੰ ਹਰ ਮੁਮਕਿਨ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਕੁਛ ਵੀ ਕਰਕੇ ਇੱਕ ਇੱਕ ਕਰਕੇ ਹੀ ਸਹੀ, ਪਰ ਆਪਣੀਆਂ ਗਲਤੀਆਂ ਨੂੰ ਛੱਡਣਾ ਸ਼ੁਰੂ ਕਰੀਏ, ਗੁਨਾਹਾਂ ਵਿੱਚੋਂ ਬਾਹਰ ਨਿਕਲਣਾ ਸ਼ੁਰੂ ਕਰੀਏ। ਤੁਸੀਂ ਕੋਸ਼ਿਸ਼ ਕੀਤੀ ਤੇ ਪ੍ਰਭੂ ਜੀ ਅੱਜ ਵਰਦੇ ਮੀਂਹ ਵਿੱਚ ਵੀ ਤੁਹਾਨੂੰ ਇੱਥੇ ਲੈ ਕੇ ਆਏ,
ਤੇ ਜੇ ਤੁਸੀਂ ਆਪਣੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕਰੋਗੇ, ਪ੍ਰਭੂ ਨੇ ਜੀਵਨ ਬਦਲਣ ਵਿੱਚ ਵੀ ਤੁਹਾਡੀ ਪੂਰੀ ਮਦਦ ਕਰਨੀ ਆ, ਕਿਉਂਕਿ ਸੱਚਮੁੱਚ ਉਹ ਚਾਹੁੰਦਾ ਹੈ ਕਿ ਅਸੀਂ ਬਦਲ ਜਾਈਏ। ਜੇ ਤੁਸੀਂ ਝੂਠ ਛੱਡਣ ਦੀ ਕੋਸ਼ਿਸ਼ ਕਰੋਗੇ, ਪ੍ਰਭੂ ਨੇ ਤੁਹਾਡੀ ਬਹੁਤ ਮਦਦ ਕਰਨੀ ਆ, ਕਿਉਂਕਿ ਉਹਦੀ ਇੱਛਾ ਆ ਕਿ ਅਸੀਂ ਸੱਚ ਜਿਹੜਾ ਆ ਜਾਣਨਾ, ਸੱਚ ਬੋਲਣਾ ਤੇ ਸੱਚ ਤੇ ਚੱਲਣਾ ਸ਼ੁਰੂ ਕਰ ਦਈਏ। ਕਿਉਂ? ਕਿਉਂਕਿ ਉਹ ਆਪ ਸੱਚ ਆ। ਜੇ ਅਸੀਂ ਪਵਿੱਤਰ ਬਣਨ ਦੀ ਕੋਸ਼ਿਸ਼ ਕਰਾਂਗੇ ਤਾਂ ਪ੍ਰਭੂ ਨੇ ਸਾਡੀ ਬਹੁਤ ਮਦਦ ਕਰਨੀ ਆ ਪਵਿੱਤਰਤਾ ਵਿੱਚ ਆਉਣ ਦੀ, ਕਿਉਂਕਿ ਇਹ ਉਹਦੀ ਇੱਛਾ ਆ। ਉਹਨੇ ਖੁਦ ਕਿਹਾ ਮੈਂ ਪਵਿੱਤਰ ਆ, ਤੁਸੀਂ ਪਵਿੱਤਰ ਬਣੋ, ਤੇ ਇਹ ਸਾਰੇ ਕੰਮ ਉਹਦੀ ਇੱਛਾ ਦੇ ਅਨੁਸਾਰ ਆ। ਔਰ ਵਚਨ ਵਿੱਚ ਲਿਖਿਆ ਜ਼ਰੂਰ ਹੈ ਕਿ ਉਹ ਸਾਡੀ ਪ੍ਰਾਰਥਨਾ ਸੁਣਦਾ ਆ ਜਦੋਂ ਅਸੀਂ ਉਹਦੀ ਇੱਛਾ ਦੇ ਅਨੁਸਾਰ ਮੰਗਦੇ ਹਾਂ। ਤੇ ਅੱਜ ਆਪਾਂ ਪਰਮੇਸ਼ਵਰ ਕੋਲੋਂ ਉਹਦੀ ਇੱਛਾ ਦੇ ਅਨੁਸਾਰ ਮੰਗਣਾ ਆ ਕਿ ਪ੍ਰਭੂ ਸਾਡਾ ਜੀਵਨ ਇਹੋ ਜਿਹਾ ਹੋ ਜਾਵੇ ਜਿਹੜਾ ਤੁਹਾਡੀ ਇੱਛਾ ਦੇ ਅਨੁਸਾਰ ਆ, ਤੁਹਾਨੂੰ ਪਸੰਦ ਆਉਣ ਵਾਲਾ ਆ। ਪ੍ਰਭੂ ਜੀ ਸਾਡੇ ਵਿੱਚੋਂ ਕਮੀਆਂ ਨੂੰ ਦੂਰ ਕਰ ਦਿਓ। ਪ੍ਰਭੂ ਮੈਂ ਸੱਚੀ ਝੂਠ ਛੱਡਣਾ ਚਾਹੁੰਦਾ ਆ, ਮੈਂ ਝੂਠ ਦੀ ਆਦਤ ਚੋਂ ਬਾਹਰ ਨਿਕਲਣਾ ਚਾਹੁੰਦਾ ਆ, ਮੈਂ ਝੂਠ ਬੋਲਣਾ ਨਹੀਂ ਚਾਹੁੰਦਾ। ਪਰ ਜਿੰਨਾ ਹਾਲਾਤਾਂ ਵਿੱਚ ਮੈਂ ਝੂਠ ਬੋਲਦਾ ਹਾਂ, ਖੁਦਾ ਮੈਂ ਪ੍ਰਾਰਥਨਾ ਕਰਦਾ ਮੇਰੇ ਹਾਲਾਤ ਬਦਲ ਜਾਣ। ਕਈ ਵਾਰੀ ਤੁਹਾਡੇ ਹਾਲਾਤ ਇਹੋ ਜਿਹੇ ਹੁੰਦੇ ਆ ਕਿ ਜੇ ਤੁਸੀਂ ਸੱਚ ਬੋਲਦੇ ਆ ਤੁਸੀਂ ਗਹਿਰੇ ਸੰਕਟ ਵਿੱਚ ਫਸਦੇ ਆ, ਪਰ ਜੇ ਤੁਸੀਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੋਗੇ, ਪ੍ਰਭੂ ਮੈਂ ਝੂਠ ਨਹੀਂ ਬੋਲਣਾ ਚਾਹੁੰਦਾ ਪਰ ਮੈਂ ਜਾਣਦਾ ਆ ਤੁਸੀਂ ਹਾਲਾਤ ਬਦਲਣ ਦੀ ਤਾਕਤ ਰੱਖਦੇ ਆ, ਐ ਖੁਦਾ ਮੇਰੇ ਹਾਲਾਤਾਂ ਨੂੰ ਬਦਲ ਦਿਓ, ਮੈਂ ਸੱਚ ਦੇ ਉੱਤੇ ਚੱਲਣਾ ਚਾਹੁੰਦਾ। ਤੁਸੀਂ ਦੇਖਿਓ ਤੁਹਾਡੇ ਹਾਲਾਤ ਬਦਲ ਜਾਣਗੇ, ਝੂਠ ਬੋਲਣ ਦੀ ਲੋੜ ਹੀ ਨਹੀਂ ਪੈਣੀ। ਜਦੋਂ ਤੁਸੀਂ ਪਵਿੱਤਰਤਾ ਵਾਸਤੇ ਪ੍ਰਾਰਥਨਾ ਕਰੋਗੇ, ਬਹੁਤ ਭੈਣਾਂ ਆਉਂਦੀਆਂ ਆ ਸਾਡੇ ਕੋਲ ਜਿਨ੍ਹਾਂ ਦੇ ਵਿੱਚੋਂ ਵਿਧਵਾ ਦੀ ਗਿਣਤੀ ਬਹੁਤ ਆ, ਤੇ ਉਹਨਾਂ ਦੇ ਪੇਰੈਂਟਸ ਵੱਲੋਂ ਵੀ ਉਹਨਾਂ ਨੂੰ ਕੋਈ ਹੈਲਪ ਨਹੀਂ ਮਿਲ ਰਹੀ, ਕਿਉਂਕਿ ਉਹ ਆਪ ਵਿਚਾਰੇ ਮਸਾਂ ਆਪਣਾ ਗੁਜ਼ਾਰਾ ਕਰਦੇ ਆ, ਤੇ ਉਹਨਾਂ ਦੇ ਪਰਿਵਾਰ ਦੇ ਬਾਕੀ ਮੈਂਬਰਸ ਵੀ ਜਿਹੜੇ ਆ ਉਹਨਾਂ ਦੀ ਕੋਈ ਮਦਦ ਨਹੀਂ ਕਰ ਰਹੇ, ਤੇ ਉਹ ਆਪਣਾ ਘਰ ਚਲਾਉਣ ਦੇ ਲਈ ਵਿਭਚਾਰ ਵਿੱਚ ਪੈ ਗਈਆਂ, ਗਲਤ ਰਾਹ ਦੇ ਉੱਤੇ ਪੈ ਗਈਆਂ ਉਹ। ਜਦੋਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣਿਆ, ਜਾਂ ਇੱਦਾਂ ਕਹਿ ਲਓ ਜਦੋਂ ਪਰਮੇਸ਼ਵਰ ਨੇ ਉਹਨਾਂ ਨੂੰ ਚੁਣ ਲਿਆ, ਹੁਣ ਉਹਨਾਂ ਨੂੰ ਉਸ ਚੀਜ਼ ਤੋਂ ਘਿਣ ਹੋ ਗਈ ਆ, ਉਹ ਛੱਡਣਾ ਚਾਹੁੰਦੀਆਂ ਆ, ਉਹ ਬਾਹਰ ਆਉਣਾ ਚਾਹੁੰਦੀਆਂ ਆ, ਪਰ ਜਿਸ ਰਾਹ ਦੇ ਵਿੱਚ ਜਿਸ ਗੰਦਗੀ ਵਿੱਚ ਉਹ ਫਸੀਆਂ ਆ ਉਹ ਲੋਕੀ ਉਹਨਾਂ ਨੂੰ ਨਿਕਲਣ ਨਹੀਂ ਦਿੰਦੇ, ਉਹ ਉਹਨਾਂ ਨੂੰ ਬਲੈਕਮੇਲ ਕਰਦੇ ਆ, ਮੈਂਟਲੀ ਹਰਾਸ ਕਰਦੇ ਆ ਵੀ ਜੇ ਤੁਸੀਂ ਇਦਾਂ ਕੀਤਾ ਅਸੀਂ ਤੁਹਾਡੀਆਂ ਵੀਡੀਓਜ਼ ਵਾਇਰਲ ਕਰ ਦਾਂਗੇ, ਅਸੀਂ ਤੁਹਾਡੀਆਂ ਫੋਟੋਜ਼ ਵਾਇਰਲ ਕਰ ਦਾਂਗੇ, ਮੈਂ ਤੇਰੇ ਪਰਿਵਾਰ ਨੂੰ ਜਾ ਕੇ ਦੱਸ ਦੂੰ, ਇਦਾਂ ਕਰ ਦੂੰ, ਇਦਾਂ ਕਰ ਦੂੰ। ਉਹ ਬਹੁਤ ਪਰੇਸ਼ਾਨ ਆ, ਉਹ ਚਾਹੁੰਦੀਆਂ ਆ ਉਸ ਨਰਕ ਵਿੱਚੋਂ ਨਿਕਲਣਾ, ਪਰ ਉਹਨਾਂ ਦੇ ਹਾਲਾਤ ਇਦਾਂ ਦੇ ਆ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ। ਪਰ ਜੇ ਉਹ ਇਹ ਪ੍ਰਾਰਥਨਾ ਕਰਨ ਕਿ ਪ੍ਰਭੂ ਸਾਡੇ ਹਾਲਾਤ ਬਦਲ ਦਿਓ, ਤੁਸੀਂ ਪਵਿੱਤਰ ਆ, ਅਸੀਂ ਪਵਿੱਤਰਤਾ ਵਿੱਚ ਆਉਣਾ ਚਾਹੁੰਦੀਆਂ ਆ, ਅਸੀਂ ਹਰ ਹਾਲ ਵਿੱਚ ਪਵਿੱਤਰ ਹੋਣਾ ਚਾਹੁੰਦੀਆਂ ਆ, ਤੁਸੀਂ ਅੱਜ ਦੀ ਤਰੀਕ ਪਾ ਕੇ ਲਿਖ ਲਿਓ, ਕੋਈ ਵਿਅਕਤੀ ਤੁਹਾਡੇ ਵਿਰੁੱਧ ਜ਼ੋਰ ਨਹੀਂ ਮਾਰ ਸਕਦਾ, ਕਿਉਂਕਿ ਜ਼ੋਰਾਵਰ ਤੁਹਾਡਾ ਪਰਮੇਸ਼ਵਰ ਆ।
ਤੁਹਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਤੁਸੀਂ ਬਸ ਪਾਪ ਵਿੱਚੋਂ ਨਿਕਲਣ ਦਾ ਮਨ ਬਣਾਓ, ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰੋ, ਪ੍ਰਭੂ ਉਹਨਾਂ ਨੂੰ ਜਿਹੜੇ ਤੁਹਾਨੂੰ ਮੈਂਟਲੀ ਹਰਾਸ ਕਰਦੇ ਆ ਉਹਨਾਂ ਦੇ ਮਨਾਂ ਨੂੰ ਬਦਲ ਦਊਗੇ, ਪ੍ਰਭੂ ਉਹਨਾਂ ਦੀਆਂ ਸੋਚਾਂ ਨੂੰ ਬਦਲ ਦੇਣਗੇ, ਤੁਹਾਡੇ ਨਾਲ ਨਾਲ ਪ੍ਰਭੂ ਉਹਨਾਂ ਦੇ ਜੀਵਨ ਨੂੰ ਵੀ ਬਦਲ ਦੇਣਗੇ। ਬਸ ਤੁਸੀਂ ਪ੍ਰਾਰਥਨਾ ਕਰਨੀ ਆ, ਰਾਹ ਉਹ ਆਪ ਹੀ ਬਣ ਕੇ ਤੁਹਾਡੇ ਜੀਵਨ ਦੇ ਵਿੱਚ ਹਾਜ਼ਰ ਹੋ ਜਾਂਦਾ ਹੈ। ਹਾਲੇਲੂਇਆ। ਆਪਾਂ ਤਾਂ ਬਸ ਪ੍ਰਭੂ ਦੇ ਵਚਨ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਨੀ ਆ, ਪ੍ਰਭੂ ਦੇ ਮਨ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਆ। ਸੋ ਬਹੁਤ ਜ਼ਰੂਰੀ ਆ ਆਪਾਂ ਆਪਣੇ ਕਰੈਕਟਰ ਉੱਤੇ ਗੌਰ ਕਰੀਏ, ਆਪਣੇ ਆਚਰਣ ਉੱਤੇ, ਆਪਣੇ ਚਰਿੱਤਰ ਉੱਤੇ ਗੌਰ ਕਰੀਏ। ਭਾਵੇਂ ਕੋਈ ਕੁਆਰਾ ਆ, ਵਿਆਹਿਆ ਆ ਜਾਂ ਵਿਧਵਾ ਆ, ਪਰ ਸਾਨੂੰ ਸਭਨਾਂ ਨੂੰ ਆਪਣੇ ਕਰੈਕਟਰ ਉੱਤੇ ਗੌਰ ਕਰਨ ਦੀ ਜ਼ਰੂਰਤ ਆ। ਸਾਡਾ ਕਰੈਕਟਰ ਬਹੁਤ ਮਾਇਨੇ ਰੱਖਦਾ ਆ, ਸਾਡਾ ਆਚਰਣ, ਸਾਡਾ ਚਰਿੱਤਰ ਬਹੁਤ ਮਾਇਨੇ ਰੱਖਦਾ। ਅਸੀਂ ਦੂਜਿਆਂ ਦੇ ਲਈ ਇੱਕ ਚੰਗੀ ਇਗਜ਼ੈਂਪਲ ਸੈੱਟ ਕਰਨੀ ਆ। ਸਾਡੇ ਤੋਂ ਖੁਦ ਨਹੀਂ ਪਰ ਪਰਮੇਸ਼ਵਰ ਤੋਂ ਸਭ ਕੁਛ ਹੋ ਸਕਦਾ ਹੈ। ਸੋ ਤੁਸੀਂ ਅੱਜ ਜਿਸ ਵੀ ਸਮੱਸਿਆ ਵਿੱਚ, ਜਿਸ ਵੀ ਬੁਰਾਈ ਦੇ ਵਿੱਚ, ਜਿਸ ਵੀ ਪਾਪ ਦੇ ਵਿੱਚ, ਜਿਸ ਵੀ ਸੰਕਟ ਦੇ ਵਿੱਚ ਅੱਜ ਤੁਸੀਂ ਪਰਮੇਸ਼ਵਰ ਦੇ ਅੱਗੇ ਪੁਕਾਰੋ ਕਿ ਪ੍ਰਭੂ ਤੁਹਾਡੇ ਤੋਂ ਸਭ ਕੁਛ ਹੋ ਸਕਦਾ ਆ, ਅੱਜ ਸਾਨੂੰ ਇਸ ਸੰਕਟ ਵਿੱਚੋਂ ਬਾਹਰ ਕੱਢੋ ਪ੍ਰਭੂ, ਅੱਜ ਇਸ ਪਾਪ ਵਿੱਚੋਂ, ਇਸ ਬੁਰਾਈ ਵਿੱਚੋਂ, ਇਸ ਚਿੱਕੜ ਵਿੱਚੋਂ, ਇਸ ਦਲਦਲ ਦੇ ਵਿੱਚੋਂ, ਇਸ ਦੁੱਖ ਦੇ ਵਿੱਚੋਂ, ਇਸ ਤਕਲੀਫ ਦੇ ਵਿੱਚੋਂ, ਐ ਖੁਦਾ ਅੱਜ ਸਾਨੂੰ ਬਾਹਰ ਕੱਢੋ। ਤੁਸੀਂ ਜਿੰਨੀ ਰੂਹ ਦੇ ਨਾਲ ਪ੍ਰਾਰਥਨਾ ਕਰੋਗੇ, ਜਿੰਨੀ ਤੁਹਾਡੇ ਅੰਦਰੋਂ ਪ੍ਰਾਰਥਨਾ ਨਿਕਲੂਗੀ, ਜਿੰਨੀ ਰੀਝ ਨਾਲ ਪ੍ਰਾਰਥਨਾ ਕਰੋਗੇ, ਜਿੰਨਾ ਮਨ ਲਾ ਕੇ ਪ੍ਰਾਰਥਨਾ ਕਰੋਗੇ, ਉਨੀ ਛੇਤੀ ਤੁਹਾਡਾ ਮਸਲਾ ਹੱਲ ਹੋ ਜਾਣਾ ਹੈ। ਸਿਰਫ ਬੁੱਲਾਂ ਨਾਲ ਨਹੀਂ, ਵਚਨ ਚ ਲਿਖਿਆ ਇਹ ਲੋਕ ਬੁੱਲਾਂ ਨਾਲ ਮੇਰਾ ਆਦਰ ਕਰਦੇ ਆ ਪਰ ਇਹਨਾਂ ਦੇ ਮਨ ਮੈਥੋਂ ਦੂਰ ਆ। ਸਿਰਫ ਬੁੱਲਾਂ ਨਾਲ ਨਹੀਂ, ਕਿਉਂਕਿ ਉਹ ਤਾਂ ਦਿਲਾਂ ਦੇ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਵਰ ਆ, ਉਹਨੂੰ ਪਤਾ ਆ ਕਿਹੜੀ ਗੱਲ ਮਨ ਚੋਂ ਨਿਕਲ ਰਹੀ ਆ ਤੇ ਕਿਹੜੀ ਗੱਲ ਜਿਹੜੀ ਉਹ ਸਿਰਫ ਉੱਪਰੇ ਬੁੱਲਾਂ ਤੋਂ ਹੋ ਰਹੀ ਆ। ਪਰ ਅੱਜ ਜਦੋਂ ਇੱਥੇ ਪ੍ਰਾਰਥਨਾ ਹੋਣੀ ਆ, ਆਪਾਂ ਇੱਕ ਇੱਕ ਪ੍ਰਾਰਥਨਾ ਜਿਹੜੀ ਆ ਉਹ ਪੂਰੇ ਮਨ ਨਾਲ ਕਰਨੀ ਆ, ਇੱਕ ਇੱਕ ਪ੍ਰਾਰਥਨਾ ਪੂਰੀ ਰੀਝ ਨਾਲ ਕਰਨੀ ਆ। ਤੁਹਾਨੂੰ ਮਹਿਸੂਸ ਹੋਣਾ ਚਾਹੀਦਾ ਕਿ ਮੇਰੇ ਅੰਦਰੋਂ ਪ੍ਰਾਰਥਨਾ ਨਿਕਲੀ ਆ ਤੇ ਪਰਮੇਸ਼ਵਰ ਦੇ ਅੰਦਰ ਪਹੁੰਚ ਗਈ ਆ। ਜਦੋਂ ਤੁਹਾਨੂੰ ਮਹਿਸੂਸ ਹੋ ਗਿਆ ਇਦਾਂ, ਤੁਸੀਂ ਸਮਝ ਲਿਓ ਤੁਹਾਡਾ ਮਸਲਾ ਵੀ ਨਾਲ ਹੀ ਹੱਲ ਹੋ ਗਿਆ ਹੈ। ਕਈ ਵਾਰੀ ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ, ਫਿਰ ਜਦੋਂ ਤੁਹਾਨੂੰ ਮਹਿਸੂਸ ਨਹੀਂ ਹੁੰਦਾ ਉਦੋਂ ਸ਼ੱਕ ਪੈਦਾ ਹੁੰਦਾ ਹੈ, ਉਦੋਂ ਤੁਹਾਨੂੰ ਲੱਗਦਾ ਪਤਾ ਨਹੀਂ ਗੱਲ ਬਣਨੀ ਆ ਕਿ ਨਹੀਂ, ਕਿਉਂਕਿ ਤੁਹਾਨੂੰ ਮਹਿਸੂਸ ਨਹੀਂ ਹੋਇਆ। ਕਿਉਂਕਿ ਕਈ ਦੇਖੋ, ਜਿਹੜਾ ਬੱਚਾ ਇਮਤਿਹਾਨ ਦੇਣ ਲਈ ਜਾਂਦਾ ਆ, ਜੇ ਉਹ ਸਾਰਾ ਕੁਐਸਚਨ ਪੇਪਰ ਅਟੈਂਪਟ ਕਰਕੇ ਆਉਂਦਾ ਆ, ਸਾਰੇ ਸਵਾਲਾਂ ਦੇ ਜਵਾਬ ਲਿਖ ਕੇ ਆਉਂਦਾ ਆ, ਤੁਸੀਂ ਉਹਨੂੰ ਆਣ ਕੇ ਪੁੱਛਦੇ ਆ ਨੰਬਰ ਸੋਹਣੇ ਆਜੂਗੇ, ਉਹ ਠੋਕ ਕੇ ਕਹਿੰਦਾ ਪੂਰੇ ਆਉਣਗੇ ਫੁੱਲ ਬਟਾ ਫੁੱਲ, ਬਹੁਤ ਸੋਹਣਾ ਪੇਪਰ ਹੋਇਆ, ਟੈਨਸ਼ਨ ਨਾ ਲਓ, ਵਧੀਆ ਨੰਬਰਾਂ ਨਾਲ ਪਾਸ ਹੋਣਾ। ਸ਼ੱਕ ਕਿੰਨੂ ਹੁੰਦਾ ਆ, ਜਿਹੜਾ ਕਰਕੇ 40 ਨੰਬਰਾਂ ਦਾ ਆਇਆ ਉਹ ਸੋਚਦਾ 33 ਪਤਾ ਨਹੀਂ ਆਜੂਗੇ ਕਿ ਨਹੀਂ, ਕਰਕੇ ਉਹਨੂੰ
ਤੈਨੂੰ ਪਤਾ ਆ ਮੈਂ ਪੂਰਾ ਕੀਤਾ ਨਹੀਂ। ਉਹਨੂੰ ਕੌਨਫੀਡੈਂਸ ਨਹੀਂ ਆ, ਉਹਨੂੰ ਮੈਡਮ ਦਾ ਕਰਕੇ ਕੌਨਫੀਡੈਂਸ ਲੂਜ਼ ਨਹੀਂ ਆ, ਉਹਦੀ ਆਪਣੀ ਮਿਹਨਤ ਘੱਟ ਆ ਇਸ ਲਈ ਉਹਦਾ ਕੌਨਫੀਡੈਂਸ, ਉਹਦਾ ਆਤਮ ਵਿਸ਼ਵਾਸ ਕਮਜ਼ੋਰ ਆ। ਜਦੋਂ ਸਾਡੇ ਤੋਂ ਪ੍ਰਾਰਥਨਾ ਰੂਹ ਨਾਲ ਨਹੀਂ ਹੋਈ ਹੁੰਦੀ ਤਾਂ ਸਾਡਾ ਮਨੋਬਲ ਕਮਜ਼ੋਰ ਹੁੰਦਾ, ਤਾਂ ਸਾਡਾ ਆਤਮ ਵਿਸ਼ਵਾਸ ਘੱਟ ਹੁੰਦਾ, ਉਦੋਂ ਸਾਡੇ ਮਨ ਵਿੱਚ ਹੁੰਦਾ ਪਤਾ ਨਹੀਂ ਗੱਲ ਬਣਨੀ ਆ ਕਿ ਨਹੀਂ। ਪਰ ਜਦੋਂ ਤੁਸੀਂ ਪੂਰੀ ਰੀਤ ਨਾਲ ਪ੍ਰਾਰਥਨਾ ਕਰਦੇ ਆ, ਦਿਲ ਨਾਲ ਪ੍ਰਭੂ ਨੂੰ ਮੰਨਦੇ ਆ, ਰੂਹ ਨਾਲ ਉਹਦੇ ਰਾਹ ਤੇ ਉਹਦੇ ਬਚਨ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ, ਫਿਰ ਤੁਹਾਡਾ ਭਰੋਸਾ ਵੀ ਕਾਇਮ ਹੁੰਦਾ। ਤੁਸੀਂ ਕਹਿੰਦੇ ਮੈਂ ਪ੍ਰਾਰਥਨਾ ਕਰਦੀ ਆ ਬਣ ਜਾਣੀ ਗੱਲ, ਮੈਂ ਪ੍ਰਭੂ ਦੇ ਅੱਗੇ ਪ੍ਰਾਰਥਨਾ ਕੀਤੀ ਆ, ਫਿਕਰ ਨਾ ਕਰੋ ਸਾਡਾ ਹੋ ਜਾਣਾ ਆ ਕੰਮ। ਤੁਸੀਂ ਆਪਣੇ ਫੈਮਿਲੀ ਦੇ ਨਾਲ, ਆਪਣੇ ਪਰਿਵਾਰ ਨਾਲ, ਆਪਣੇ ਟੱਬਰ ਨਾਲ ਵੀ ਤੁਸੀਂ ਫਿਰ ਇਦਾਂ ਹੀ ਕੌਨਫੀਡੈਂਸ ਦੇ ਨਾਲ ਗੱਲ ਕਰਦੇ ਆ, ਟੈਨਸ਼ਨ ਨਾ ਲਓ, ਪ੍ਰਭੂ ਨੇ ਸਾਰੇ ਇੰਤਜ਼ਾਮ ਕਰ ਦੇਣੇ, ਫਿਕਰ ਨਾ ਕਰੋ ਆਪਣੇ ਬੰਦੇ ਨੂੰ ਆਰਾਮ ਆ ਜਾਣਾ ਆ, ਫਿਕਰ ਨਾ ਕਰੋ ਆਪਣੇ ਨਿਆਣੇ ਦੀ ਐਡਮਿਸ਼ਨ ਹੋ ਜਾਣੀ ਆ, ਫਿਕਰ ਨਾ ਕਰੋ ਪ੍ਰਭੂ ਨੇ ਆਪਣੀ ਪ੍ਰਾਰਥਨਾ ਦਾ ਉੱਤਰ ਦੇ ਦੇਣਾ। ਕਿਉਂ? ਕਿਉਂਕਿ ਤੁਹਾਨੂੰ ਵਿਸ਼ਵਾਸ ਆ। ਔਰ ਵਿਸ਼ਵਾਸ ਕਿਉਂ ਆ? ਕਿਉਂਕਿ ਤੁਸੀਂ ਰੀਝ ਨਾਲ ਦੁਆ ਕੀਤੀ ਆ। ਅੱਜ ਵੀ ਜਦੋਂ ਤੁਸੀਂ ਰੀਝ ਨਾਲ ਦੁਆ ਕਰਨੀ ਆ ਤੇ ਫਿਰ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣੇ ਆ। ਔਰ ਪਰਮੇਸ਼ਵਰ ਦੀ ਇੱਛਾ ਇਹੀ ਆ ਕਿ ਤੁਸੀਂ ਜਦ ਵੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਓ, ਤੁਸੀਂ ਰੂਹ ਨਾਲ ਪ੍ਰਾਰਥਨਾ ਕਰੋ। ਪ੍ਰਾਰਥਨਾ ਸਿਰਫ ਤੁਹਾਡੇ ਸਰੀਰ ਤੋਂ ਨਾ ਹੋਵੇ, ਇਹ ਨਹੀਂ ਵੀ ਹੱਥ ਜੋੜੇ ਤੇ ਅੱਖਾਂ ਬੰਦ ਤੇ ਅੰਦਰੋਂ ਆਤਮਾ ਕਿਤੇ ਸੈਰ ਸਪਾਟੇ ਕਰਨ ਲਈ ਗਿਆ ਤੇ ਤੁਸੀਂ ਸੋਚੋ ਕਿਹੜਾ ਕਿਸੇ ਨੂੰ ਪਤਾ ਲੱਗਣ ਡਿਆ। ਬੋਡੀ ਬੋਡੀ ਇੱਥੇ ਆ। ਜੇ ਤੁਸੀਂ ਕਿਸੇ ਨੂੰ ਪੁੱਛੋ ਤੂੰ ਕਦੀ ਸਪਿਰਿਟ ਵਿੱਚ ਟਰੈਵਲ ਕੀਤਾ, ਤੇਰਾ ਆਤਮਾ ਕਦੀ ਤੇਰੇ ਜਿਸਮ ਨਾਲੋਂ ਵੱਖ ਘੁੰਮਣ ਫਿਰਨ ਲਈ ਗਿਆ? ਉਹਨੇ ਕਹਿਣਾ ਲੈ ਸਾਡੀ ਕਿੱਥੇ ਇੰਨੀ ਭਗਤੀ, ਅਸੀਂ ਕਿੱਥੇ ਇੱਦਾਂ ਕਰ ਸਕਦੇ ਹਾਂ, ਇਹ ਤੇ ਸੰਤਾਂ ਮਹਾਤਮਾ ਦੇ ਕੰਮ ਆ। ਸੰਤ ਮਹਾਤਮਾ ਬਹੁਤ ਘੱਟ ਇੱਦਾਂ ਕਰਦੇ ਆ, ਬਾਲੇ ਇੱਦਾਂ ਉਹੀ ਕਰਦੇ ਆ ਜਿਹੜੇ ਕਦੀ ਪ੍ਰਾਰਥਨਾ ਚ ਬਹਿੰਦੇ ਹੀ ਨਹੀਂ। ਉਹਨਾਂ ਦੇ ਸਿਰਫ ਜਿਸਮ ਹਾਜ਼ਰ ਹੁੰਦੇ, ਆਤਮਾ ਤੇ ਉਹਨਾਂ ਦਾ ਸੈਰ ਸਪਾਟੇ ਤੇ ਨਿਕਲਿਆ ਹੁੰਦਾ। ਕਿਸੇ ਦਾ ਗੋਲ ਗੱਪੇ ਖਾਣ, ਕਿਸੇ ਦਾ ਪੀਜ਼ਾ ਖਾਣ, ਕਿਸੇ ਦਾ ਘਰ ਵਿੱਚ ਹੋਣਾ। ਕੱਪੜੇ ਸੁੱਕੜੇ ਪਾਏ ਸੀ, ਮੀਂਹ ਆ ਗਿਆ, ਉਹਦਾ ਕੱਪੜੇ ਲਾਉਣ ਗਿਆ ਹੋਣਾ, ਆਤਮਾ ਆਪ ਇੱਥੇ ਬੈਠਾ। ਕਿੰਨਾ ਟਰੈਵਲ ਕਰ ਰਿਹਾ ਸਪਿਰਿਟ, ਕਿਸੇ ਦਾ ਵਿਆਹ ਚ ਹੋ ਸਕਦਾ, ਕਿਸੇ ਦਾ ਹੋਰ ਕਿਤੇ ਕੈਨੇਡਾ ਅਮਰੀਕਾ ਵੀ ਚਲੇ ਜਾਂਦਾ। ਛੋਟਾ ਛੋਟਾ ਟਰੈਵਲ ਥੋੜੀ ਕਰਦਾ, ਲੌਂਗ ਰਾਈਡ ਤੇ ਨਿਕਲਦਾ ਆ, ਲੌਂਗ ਡਰਾਈਵ, ਵੈਦਰ ਵੀ ਨਾਈਸ ਤੇ ਲੌਂਗ ਡਰਾਈਵ ਤੇ ਸਪਿਰਿਟ ਚਲਿਆ ਜਾਂਦਾ ਹੈ। ਉਹ ਅਣਜਾਣ ਪੁਣੇ ਵਿੱਚ ਸਪਿਰਿਟ ਵਿੱਚ ਟਰੈਵਲ ਕਰਦੇ ਇੰਨਾ ਜ਼ਿਆਦਾ ਕਿ ਉਹਨਾਂ ਦਾ ਆਤਮਾ ਲੱਭ ਕੇ ਲਿਆਉਣਾ ਪੈਂਦਾ ਹੈ, ਅਨਾਉਂਸਮੈਂਟ ਕਰਨੀ ਪੈਂਦੀ, ਓਏ ਮੋੜਿਆ 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 ਪਿੱਛੇ ਨੂੰ ਆ ਜਾ। ਕਈ ਵਾਰੀ ਫਿਰ ਉਹਨਾਂ ਦੇ ਵੀ ਨਹੀਂ ਆਖਿਆ ਲੱਗਦਾ, ਉਹ ਕਹਿੰਦਾ ਮੈਂ ਹੁਣੇ ਆਉਣਾ ਆ, ਫਿਰ ਚਲਿਆ ਜਾਂਦਾ, ਹੁਣੇ ਆਇਆ ਫਿਰ ਚਲਿਆ ਜਾਂਦਾ, ਹੁਣੇ ਆਇਆ, ਤੇ ਉਹਨੇ ਚਿਰ ਨੂੰ ਮੀਟਿੰਗ ਓਵਰ ਹੋ ਜਾਂਦੀ। ਅਗਲੀ ਵਾਰੀ ਫਿਰ ਬੰਨ ਬੁੰਨ ਕੇ ਲਿਆਉਂਦੇ ਆ, ਉਹ ਤੁਹਾਨੂੰ ਗਾਣਿਆਂ ਦੀ ਸੁਰ ਤੇ ਲਾ ਕੇ ਆਪ ਖਿਸਕ ਜਾਂਦਾ। ਤੁਸੀਂ ਉੱਥੇ ਤਾੜੀਆਂ ਮਾਰੀ ਜਾਂਦੇ ਆ, ਉਹ ਤਾੜੀਆਂ ਢੋਲ ਦੀ ਤਾਲ ਤੇ ਸੈੱਟ ਕਰ ਗਿਆ, ਆਟੋ ਮੋਡ ਤੇ ਲਾ ਗਿਆ ਤੁਹਾਨੂੰ, ਤੇ ਮਨ ਪਤਾ ਹੀ ਨਹੀਂ ਕਿੱਥੇ ਗਿਆ, ਤੁਹਾਨੂੰ ਵੀ ਨਹੀਂ ਦੱਸ ਕੇ ਗਿਆ ਕਿੱਥੇ ਗਿਆ ਮੈਂ, ਤੇ ਡੋਰ ਭੋਰਿਆਂ ਵਾਂਗ ਦੇਖੀ ਜਾਂਦੇ ਆ, ਦੇਖੀ ਵੀ ਜਾਂਦੇ ਚਾਰ ਚੁਫੇਰੇ ਪਰ ਨਜ਼ਰ ਵੀ ਕੁਛ ਨਹੀਂ ਆ ਰਿਹਾ।
ਜਿਹੜੇ ਇਦਾਂ ਚਾਹ ਚੁਫੇਰੇ ਨੂੰ ਦੇਖੀ ਜਾਂਦੇ ਆ, ਤੁਸੀਂ ਉਹਨਾਂ ਨੂੰ ਪੁੱਛੋ ਤੇਰੇ ਲਾਗੇ ਕੌਣ ਖੜਾ ਸੀ? ਪਤਾ ਨੀ, ਤੇਰੀਆਂ ਤਾਂ ਅੱਖਾਂ ਖੁੱਲੀਆਂ ਸੀ। ਅੱਛਾ, ਉਹਨੂੰ ਇਹ ਵੀ ਨੀ ਪਤਾ ਮੇਰੀਆਂ ਅੱਖਾਂ ਖੁੱਲੀਆਂ ਆ, ਇਹ ਵੀ ਨੀ ਪਤਾ ਮੇਰੇ ਲਾਗੇ ਕੌਣ ਸੀ। ਆਟੋ ਮੋਡ ਤੇ ਲੱਗਾ ਆ ਉਹ, ਹਾਜ਼ਰ ਰਿਹਾ ਕਰੋ। ਅੱਜ ਜਦੋਂ ਪ੍ਰਾਰਥਨਾ ਹੋਣੀ ਆ, ਉਸ ਤੋਂ ਪਹਿਲਾਂ 5 ਮਿੰਟ ਤੁਹਾਨੂੰ ਦਿੱਤੇ ਜਾਣੇ ਆ। ਜਿੱਥੇ ਸੈਰ ਸਪਾਟਿਆਂ ਤੇ ਗਿਆ ਆ ਤੁਹਾਡਾ ਮਨ, ਉਹਨੂੰ ਵਾਪਸ ਮੋੜ ਕੇ ਲੈ ਆਇਓ। ਕਰਕੇ ਆਉਂਦੇ ਐਤਵਾਰ ਗਵਾਈਆਂ ਇੰਨੀਆਂ ਹੋਣ ਵੀ ਵਾਰੀ ਨਾ ਆਵੇ, ਇੰਨੀਆਂ ਗਵਾਈਆਂ ਹੋ ਜਾਣ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ, ਤੇ ਹੋ ਜਾਣੀਆਂ, ਇਹ ਮੈਨੂੰ ਯਕੀਨ ਆ। ਕਰਕੇ ਅਸੀਂ ਇੰਨੀ ਰੂਹ ਨਾਲ ਪ੍ਰਾਰਥਨਾ ਕਰਨੀ ਆ, ਤੇ ਤੁਸੀਂ ਇੰਨੀ ਰੂਹ ਦੇ ਨਾਲ ਰਿਸੀਵ ਕਰ ਲੈਣੀ, ਗਵਾਈਆਂ ਬਣਨੀਆਂ ਹੀ ਬਣਨੀਆਂ, ਤੇ ਪ੍ਰਭੂ ਦਾ ਤੇ ਤਖਤ ਪਹਿਲਾਂ ਹੀ ਇੱਥੇ ਲੱਗਿਆ ਆ। ਹਾਲੇਲੂਇਆ, ਹਾਲੇਲੂਇਆ। ਸੋ ਆਓ ਆਪਾਂ ਦੇਖਦੇ ਹਾਂ ਅਫਸੀਆਂ ਦੀ ਕਿਤਾਬ, ਉਹਦਾ 2 ਨੰਬਰ ਅਧਿਆਏ ਤੇ ਉਹਦੀ 8-10 ਤੱਕ ਆਪਾਂ ਦੇਖਦੇ ਹਾਂ। ਕਹਿੰਦਾ, ਕਿਉਂ ਜੋ ਤੁਸੀਂ ਕਿਰਪਾ ਤੋਂ ਨੇਜਾ ਦੇ ਰਾਹੀਂ ਬਚਾਏ ਗਏ, ਅਤੇ ਇਹ ਤੁਹਾਡੇ ਵੱਲੋਂ ਨਹੀਂ, ਇਹ ਪਰਮੇਸ਼ਵਰ ਦੀ ਬਖਸ਼ੀਸ਼ ਹੈ, ਇਹ ਕਰਨੀਆਂ ਤੋਂ ਨਹੀਂ। ਅਜਿਹਾ ਨਾ ਹੋਵੇ ਭਈ ਕੋਈ ਘਮੰਡ ਕਰੇ, ਕਿਉਂ ਜੋ ਅਸੀਂ ਉਹਦੀ ਰਚਨਾ ਹਾਂ, ਜਿਹੜੇ ਮਸੀਹ ਯਿਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ, ਜੋ ਪਰਮੇਸ਼ਵਰ ਨੇ ਅੱਗੋਂ ਹੀ ਤਿਆਰ ਕੀਤੇ ਸਨ, ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ। ਹਾਲੇਲੂਇਆ। ਸੋ ਵਚਨ ਇਹੋ ਕਹਿੰਦਾ ਆ, ਕਹਿੰਦਾ ਅਸੀਂ ਉਹਦੀ ਕਿਰਪਾ ਤੋਂ ਨੇਜਾ ਦੇ ਰਾਹੀਂ ਬਚਾਏ ਗਏ ਆ, ਸਾਡੀਆਂ ਕਰਨੀਆਂ ਤੋਂ ਨਹੀਂ, ਸਾਡੇ ਕੰਮਾਂ ਦਾ ਕਰਕੇ ਨਹੀਂ, ਸਾਡੀ ਐਜੂਕੇਸ਼ਨ ਦਾ ਕਰਕੇ ਨਹੀਂ, ਸਾਡੇ ਬਹੁਤ ਬਿਊਟੀਫੁਲ ਹੋਣ ਦਾ ਕਰਕੇ ਨਹੀਂ, ਬਹੁਤ ਵੱਡੇ ਲਾਣੇ ਘਰਾਣੇ ਤੋਂ ਹੋਣ ਦਾ ਕਰਕੇ ਨਹੀਂ, ਪਰ ਸਿਰਫ ਉਹਦੀ ਕਿਰਪਾ ਦਾ ਕਰਕੇ। ਇਹ ਉਹਦੀ ਕਿਰਪਾ ਆ ਕਿ ਉਹਨੇ ਸਾਨੂੰ ਬਚਾ ਲਿਆ ਆ। ਸਾਡੇ ਪੱਲੇ ਤਾਂ ਕੋਈ ਗੁਣ ਹੈ ਹੀ ਨਹੀਂ ਸੀ, ਜਿੰਨੇ ਵੀ ਬਚਾਏ ਗਏ ਆ 98% ਉਹਨਾਂ ਦੇ ਵਿੱਚ ਦੁਖੀ ਸੀ, ਲਾਚਾਰ ਸੀ, ਰੋਂਦੇ ਸੀ ਤੇ ਦੁਨੀਆਂ ਦੇ ਰੱਦ ਕੀਤੇ ਹੋਏ ਸੀ, ਜਿਨ੍ਹਾਂ ਨੂੰ ਦੁਨੀਆਂ ਨੇ ਰੱਦ ਕਰ ਦਿੱਤਾ ਸੀ, ਜਿਨ੍ਹਾਂ ਨੂੰ ਮਾਂ ਪਿਓ ਨੇ ਵੀ ਕਿਹਾ ਸੀ ਭਾਈ ਹੁਣ ਅਸੀਂ ਕੁਛ ਨਹੀਂ ਕਰ ਸਕਦੇ ਤੁਹਾਡੇ ਲਈ, ਜਿਨ੍ਹਾਂ ਨੂੰ ਭੈਣਾਂ ਭਰਾਵਾਂ ਨੇ ਵੀ ਛੱਡ ਦਿੱਤਾ ਸੀ ਭਾਈ ਸਾਡੇ ਕੋਲੋਂ ਕੁਛ ਨਹੀਂ ਹੁੰਦਾ ਹੁਣ ਤੁਹਾਡੇ ਲਈ, ਬਸ ਹੋ ਗਈ ਸਾਡੀ, ਜਿਨ੍ਹਾਂ ਨੂੰ ਡਾਕਟਰਾਂ ਨੇ ਵੀ ਹੱਥ ਖੜੇ ਕਰਤੇ ਸੀ ਭਾਈ ਹੁਣ ਸਾਡੇ ਤੋਂ ਤੁਹਾਡਾ ਇਲਾਜ ਵੀ ਨਹੀਂ ਹੁੰਦਾ, ਸਾਨੂੰ ਸਮਝ ਹੀ ਨਹੀਂ ਆਉਂਦੀ ਤੁਹਾਨੂੰ ਹੋਇਆ ਕੀ ਆ। 98% ਅਸੀਂ ਦੁਨੀਆਂ ਵੱਲੋਂ ਰੱਦੇ ਹੋਏ ਸੀਗੇ। ਇਹ ਉਹਦੀ ਕਿਰਪਾ ਆ ਕਿ ਉਹਨੇ ਸਾਨੂੰ ਚੁਣਿਆ, ਆਪਣੇ ਬੇਟੇ ਬੇਟੀਆਂ ਬਣਾ ਲਿਆ। ਹਾਲੇਲੂਇਆ। ਅਸੀਂ ਕਿਰਪਾ ਤੋਂ ਨੇਚਾ ਦੇ ਰਾਹੀਂ ਬਚਾਏ ਗਏ, ਇਹ ਤੁਹਾਡੇ ਵੱਲੋਂ ਨਹੀਂ ਆ, ਇਹ ਪਰਮੇਸ਼ਵਰ ਦੀ ਬਖਸ਼ਿਸ਼ ਆ, ਇਹ ਪਰਮੇਸ਼ਵਰ ਦੀ ਰਹਿਮਤ ਆ, ਇਹ ਪਰਮੇਸ਼ਵਰ ਦੀ ਕਿਰਪਾ ਆ, ਉਹਦੀ ਦਇਆ ਆ। ਕਹਿੰਦਾ ਅਜਿਹਾ ਨਾ ਹੋਵੇ ਭਈ ਕੋਈ ਘਮੰਡ ਕਰੇ, ਕਿਸੇ ਵੀ ਤਰ੍ਹਾਂ ਦਾ ਸਾਡੇ ਅੰਦਰ ਘਮੰਡ ਦੀ ਕੋਈ ਗੁੰਜਾਇਸ਼ ਨਹੀਂ ਹੋਣੀ ਚਾਹੀਦੀ।
ਸੀ ਮੋਸਟਲੀ ਕਿਉਂ ਅਸੀਂ ਉਦੋਂ ਹੀ ਬੁਲਾਏ ਗਏ ਚਰਚ ਦੇ ਵਿੱਚ ਉਦੋਂ ਹੀ ਅਸੀਂ ਤੌਬਾ ਦੇ ਲਈ ਤਿਆਰ ਹੋਏ ਜਦੋਂ ਸਭ ਕੁਛ ਉੱਜੜ ਪੁੱਜੜ ਗਿਆ ਸਭ ਕੁਛ ਲੁੱਟਿਆ ਗਿਆ ਸਭ ਕੁਛ ਬਰਬਾਦ ਹੋ ਗਿਆ ਦੁਖੀ ਹੋ ਗਏ ਜਦੋਂ ਬਾਬਿਆਂ ਸਿਆਣਿਆਂ ਤੋਂ ਵੀ ਠੋਕਰਾਂ ਖਾ ਲਈਆਂ ਘਰਦਿਆਂ ਤੋਂ ਠੋਕਰਾਂ ਖਾ ਲਈਆਂ ਜ਼ਮੀਨਾਂ ਵਿਕਣੀਆਂ ਸ਼ੁਰੂ ਹੋ ਗਈਆਂ ਪੈਸਾ ਧੇਲਾ ਜੇਬ ਵਿੱਚ ਰਿਹਾ ਨਹੀਂ ਉਦੋਂ ਹੀ ਕਿਉਂ ਇਸ ਲਈ ਤਾਂ ਜੋ ਸਾਡੇ ਅੰਦਰ ਘੁਮੰਡ ਦੀ ਕੋਈ ਗੁੰਜਾਇਸ਼ ਨਾ ਰਹਿ ਜਾਵੇ ਕਿ ਮੈਂ ਮੇਰੇ ਕੋਲ ਤਾਂ ਪੈਸਾ ਬਹੁਤ ਸੀ ਇਸ ਲਈ ਪ੍ਰਭੂ ਨੇ ਮੈਨੂੰ ਚੁਣਿਆ ਮੈਂ ਤਾਂ ਆਪਣੇ ਪੈਸੇ ਦੇ ਸਦਕੇ ਆਇਆ ਮੇਰੇ ਕੋਲ ਜ਼ਮੀਨ ਬਹੁਤ ਸੀ ਤਾਂ ਪ੍ਰਭੂ ਨੇ ਮੈਨੂੰ ਚੁਣ ਲਿਆ ਜਦੋਂ ਹੱਥ ਖੜੇ ਹੋ ਗਏ ਜਦੋਂ ਲੱਗਾ ਕਿ ਜ਼ਮੀਨ ਵੀ ਮੇਰੀ ਮਦਦ ਨਹੀਂ ਕਰ ਸਕਦੀ ਧਨ ਵੀ ਮੇਰੀ ਮਦਦ ਨਹੀਂ ਕਰ ਸਕਦਾ ਭਾਵੇਂ ਸਾਰਾ ਕੁਛ ਬਹੁਤ ਆ ਸਭ ਕੁਛ ਹੁੰਦਿਆਂ ਸੁਣਦਿਆਂ ਵੀ ਜਦੋਂ ਪਤਾ ਲੱਗ ਗਿਆ ਸਮਝ ਵਿੱਚ ਪੈ ਗਿਆ ਕਿ ਇਹ ਸਭ ਚੀਜ਼ਾਂ ਵਿਅਰਥ ਆ ਪੈਸਾ ਭਾਵੇਂ ਬਹੁਤ ਆ ਪਰ ਔਲਾਦ ਹੈ ਨਹੀਂ ਪੈਸਾ ਭਾਵੇਂ ਬਹੁਤ ਆ ਘਰ ਭਾਵੇਂ ਵੱਡਾ ਆ ਗੱਦੇ ਬਹੁਤ ਪੋਲੇ ਆ ਪਰ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਨੀਂਦ ਨਹੀਂ ਆਉਂਦੀ ਪੈਸੇ ਬਹੁਤ ਆ ਮਹਿੰਗੇ ਤੋਂ ਮਹਿੰਗੇ ਡਾਕਟਰ ਦੇ ਕੋਲ ਜਾ ਕੇ ਇਲਾਜ ਕਰਾ ਲਿਆ ਪਰ ਗੱਲ ਨਹੀਂ ਬਣਦੀ ਜਦੋਂ ਪਤਾ ਲੱਗ ਗਿਆ ਕਿ ਸਾਰੀਆਂ ਚੀਜ਼ਾਂ ਦਾ ਹੱਲ ਪੈਸਾ ਹੀ ਨਹੀਂ ਆ ਸਾਰੀਆਂ ਚੀਜ਼ਾਂ ਦਾ ਹੱਲ ਧਨ ਦੌਲਤ ਰੁਤਬਾ ਹੀ ਨਹੀਂ ਆ ਪਰ ਹਰ ਚੀਜ਼ ਦਾ ਹੱਲ ਪਰਮੇਸ਼ਵਰ ਦੇ ਕੋਲ ਆ ਜਦੋਂ ਟੁੱਟ ਕੇ ਨੀਵੇਂ ਹੋ ਕੇ ਪਰਮੇਸ਼ਵਰ ਦੇ ਕੋਲ ਆਏ ਉਦੋਂ ਘਮੰਡ ਦੀ ਕੋਈ ਗੁੰਜਾਇਸ਼ ਨਹੀਂ ਰਹੀ ਇਹੀ ਇੱਥੇ ਲਿਖਿਆ ਆ ਕਹਿੰਦਾ ਤੁਸੀਂ ਕਿਰਪਾ ਰਾਹੀਂ ਬਚਾਏ ਗਏ ਆ ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ ਉਹਨੇ ਸਾਡੇ ਅੰਦਰੋਂ ਸਾਰੇ ਘਮੰਡ ਨੂੰ ਖਤਮ ਕਰਕੇ ਸਾਨੂੰ ਚੁਣਿਆ ਆ ਕਿ ਕੋਈ ਤੁਹਾਡੇ ਅੰਦਰ ਘਮੰਡ ਨਾ ਰਵੇ ਤੇ ਘਮੰਡ ਨੂੰ ਉਹਨੇ ਖਤਮ ਕਿਉਂ ਕੀਤਾ ਕਿਉਂਕਿ ਪਰਮੇਸ਼ਵਰ ਦਾ ਇੱਕ ਸੁਭਾਅ ਆ ਘਮੰਡੀ ਉਹਨੂੰ ਪਸੰਦ ਨਹੀਂ ਆ ਉਹਦਾ ਅਸੂਲ ਆ ਇੱਕ ਘਮੰਡੀਆਂ ਦੇ ਕੋਲ ਉਹ ਜਾਂਦਾ ਨਹੀਂ ਘਮੰਡ ਤੋਂ ਉਹਨੂੰ ਚੜਿਆ ਜੇ ਅਸੀਂ ਘਮੰਡ ਤੋਂ ਬਿਨਾਂ ਆਏ ਪ੍ਰਭੂ ਨੇ ਸਾਨੂੰ ਚੁਣਿਆ ਪਰ ਚੁਣੇ ਜਾਣ ਦੇ ਬਾਅਦ ਜੇ ਵਾਪਸ ਸਾਡੇ ਵਿੱਚ ਘਮੰਡ ਆ ਗਿਆ ਉਹਨੇ ਆਪਣੀ ਹਜ਼ੂਰੀ ਵਿੱਚੋਂ ਕੱਢ ਦੇਣਾ ਸਾਨੂੰ ਫਿਰ ਅਸੀਂ ਇੱਥੇ ਬੈਠੇ ਤਾਂ ਹੋ ਸਕਦੇ ਹਾਂ ਪਰ ਉਹਦੀ ਹਜ਼ੂਰੀ ਵਿੱਚ ਨਹੀਂ ਹੋ ਸਕਦੇ ਉਹਦੀ ਹਜ਼ੂਰੀ ਵਿੱਚ ਹੋਣਾ ਇੱਕ ਵੱਖਰੀ ਗੱਲ ਆ ਤੇ ਇਸ ਇਮਾਰਤ ਹੇਠ ਹੋਣਾ ਇੱਕ ਵੱਖਰੀ ਗੱਲ ਆ ਕਹਿੰਦਾ ਉਹ ਘੁਮੰਡੀਆਂ ਕੋਲ ਨਹੀਂ ਜਾਂਦਾ ਤੇ ਝੂਠਿਆਂ ਨਾਲ ਯਾਰੀ ਨਹੀਂ ਰੱਖਦਾ ਇਸ ਲਈ ਉਹ ਕਹਿੰਦਾ ਉਹਨੇ ਸਾਡੇ ਵਿੱਚੋਂ ਪਹਿਲਾਂ ਹੀ ਸਾਰਾ ਘਮੰਡ ਖਤਮ ਕਰ ਦਿੱਤਾ ਕਿਉਂ ਤਾਂ ਜੋ ਸਾਡੇ ਨੇੜੇ ਆ ਸਕੇ ਤਾਂ ਜੋ ਸਾਡੇ ਜੀਵਨ ਵਿੱਚ ਉਹ ਆਣ ਕੇ ਕੰਮ ਕਰ ਸਕੇ ਤਾਂ ਸਾਨੂੰ ਡਿੱਗਿਆਂ ਨੂੰ ਚੱਕ ਕੇ ਦੁਨੀਆ ਦੇ ਅੱਗੇ ਪੇਸ਼ ਕਰੇ ਕਿ ਜਦੋਂ ਕੋਈ ਨਾ ਰਵੇ ਕੁਛ ਨਾ ਰਵੇ ਕਾਹੇ ਦਾ ਨਾ ਰਵੇ ਉਦੋਂ ਮੈਂ ਡਿੱਗਿਆਂ ਹੋਇਆਂ ਨੂੰ ਚੱਕ ਕੇ ਤਖਤੋ ਤਾਜ ਦਾ ਮਾਲਕ ਬਣਾ ਦਿੰਦਾ ਹਾਂ ਜਦੋਂ ਡਾਕਟਰਾਂ ਦੀਆਂ ਮਸ਼ੀਨਾਂ ਵੀ ਬੰਦ ਹੋ ਜਾਣ ਤੇ ਫਿਰ ਪਰਮੇਸ਼ਵਰ ਦੇ ਵੈਂਟੀਲੇਟਰ ਤੇ ਜਦੋਂ ਕੋਈ ਲੱਗਦਾ ਨਾ ਉਹਦੇ ਬੰਦ ਸਾਹ ਵੀ ਚੱਲਣ ਲੱਗ ਜਾਂਦੇ ਆ ਹਾਲੇਲੂਇਆ ਹਾਲੇਲੂਇਆ ਕਿਉਂ ਜੋ ਅਸੀਂ ਉਹਦੀ ਰਚਨਾ ਹਾਂ ਅਸੀਂ ਕਿਹਦੀ ਰਚਨਾ ਆ
ਪਰਮੇਸ਼ਵਰ ਦੀ, ਕਿਉਂਕਿ ਅਸੀਂ ਉਹਦੀ ਰਚਨਾ ਹਾਂ ਜਿਹੜੇ ਮਸੀਹ ਯਸੂ ਵਿੱਚ ਸ਼ੁਭ ਕਰਮਾਂ ਲਈ ਰਚੇ ਗਏ ਹਾਂ। ਸਾਡੀ ਰਚਨਾ ਕਿਉਂ ਹੋਈ ਆ? ਚੰਗੇ ਕੰਮ ਕਰਨ ਦੇ ਲਈ, ਵਧੀਆਂ ਕਰਨ ਦੇ ਲਈ ਨਹੀਂ, ਲੜਾਈਆਂ ਕਰਨ ਦੇ ਲਈ ਨਹੀਂ, ਧੋਖੇ ਕਰਨ ਦੇ ਲਈ ਨਹੀਂ। ਸਾਡੀ ਰਚਨਾ ਚੰਗੇ ਕੰਮ ਕਰਨ ਲਈ ਹੋਈ ਆ। ਅਸੀਂ ਰਚੇ ਹੀ ਇੱਕ ਮਕਸਦ ਨਾਲ ਗਏ ਆ, ਔਰ ਉਹ ਮਕਸਦ ਆ ਕਿ ਅਸੀਂ ਚੰਗੇ ਕੰਮ ਕਰੀਏ। ਸਿਰਫ ਸੰਡੇ ਦੀ ਸੰਡੇ ਚਰਚ ਵਿੱਚ ਆਉਣਾ ਪਰਮੇਸ਼ਵਰ ਦਾ ਮਕਸਦ ਨਹੀਂ ਆ ਕਿ ਸਾਡੀ ਰਚਨਾ ਉਹਨੇ ਇਸ ਲਈ ਕੀਤੀ ਕਿ ਇਹ ਲੋਕੀ ਐਵਰੀ ਸੰਡੇ ਚਰਚ ਵਿੱਚ ਆਉਣ, ਦੈਟਸ ਇਟ। ਨੋ, ਪਰਮੇਸ਼ਵਰ ਨੇ ਸਾਡੀ ਰਚਨਾ ਇਸ ਲਈ ਕੀਤੀ ਕਿ ਜੋ ਕੁਝ ਅਸੀਂ ਸੰਡੇ ਨੂੰ ਪਰਮੇਸ਼ਵਰ ਦੇ ਵਚਨ ਚੋਂ ਸਿੱਖਦੇ ਆ, 6 ਦਿਨ ਜਾ ਕੇ ਉਹਨਾਂ ਅੱਖਰਾਂ ਉੱਤੇ ਐਕਸਰਸਾਈਜ਼ ਕਰੀਏ, ਉਹਨਾਂ ਸ਼ਬਦਾਂ ਦੀ, ਉਹਨਾਂ ਵਚਨਾਂ ਦੀ ਅਸੀਂ ਕਸਰਤ ਕਰੀਏ, ਉਹਨਾਂ ਵਚਨਾਂ ਦਾ ਅਸੀਂ ਜ਼ਿੰਦਾ ਨਮੂਨਾ ਬਣ ਜਾਈਏ। ਜੇ ਆਪਾਂ ਕੁੱਕਰੀ ਬੁੱਕ ਲੈ ਲਈਏ, ਕੁੱਕਰੀ ਬੁੱਕ ਹੁੰਦੀ ਜਿਹਦੇ ਵਿੱਚ ਖਾਣੇ ਬਣਾਉਣ ਦੀਆਂ ਰੈਸਿਪੀਜ਼ ਦਿੱਤੀਆਂ ਹੁੰਦੀਆਂ ਆ, ਜੇਕਰ ਆਪਾਂ ਕੁੱਕਰੀ ਬੁੱਕ ਲੈ ਲਈਏ ਤੇ ਆਪਾਂ ਉਹਦੇ ਅਨੁਸਾਰ ਉਹਨੂੰ ਪੜ੍ਹੀ ਜਾਈਏ ਜੋ ਉੱਤੇ ਲਿਖਿਆ ਆ, ਕੀ ਤੁਸੀਂ ਚੰਗੇ ਕੁੱਕ ਬਣ ਜਾਓਗੇ? ਜੇ ਤੁਸੀਂ ਉਹਦੀ ਪ੍ਰੈਕਟਿਸ ਨਹੀਂ ਕਰੋਗੇ, ਕੀ ਉਹਦੇ ਉੱਤੇ ਲਿਖੀ ਹੋਈ ਸਬਜ਼ੀ ਨੂੰ ਪੜ੍ਹਨ ਦੇ ਨਾਲ ਸਬਜ਼ੀ ਬਣ ਜਾਊਗੀ? ਉਹਦੇ ਉੱਤੇ ਲਿਖੇ ਹੋਏ ਹਲਵੇ ਨੂੰ ਪੜ੍ਹਨ ਨਾਲ ਹਲਵਾ ਬਣ ਜਾਊਗਾ? ਜਦ ਤੱਕ ਤੁਸੀਂ ਹੱਥੀ ਮਿਹਨਤ ਨਹੀਂ ਕਰੋਗੇ, ਉਹ ਸਮਾਨ ਸਾਰਾ ਜੋ ਉਹਦੇ ਚ ਲਿਖਿਆ ਉਹਨੂੰ ਪੂਰਾ ਨਹੀਂ ਕਰੋਗੇ, ਕੁੱਕ ਨਹੀਂ ਕਰੋਗੇ, ਉਦੋਂ ਤੱਕ ਉਹ ਚੀਜ਼ ਬਣਨੀ ਨਹੀਂ। ਇੱਦਾਂ ਹੀ ਵਚਨ ਪੜ੍ਹਨ ਨਾਲ ਤੇ ਵਚਨ ਸੁਣਨ ਦੇ ਨਾਲ ਅਸੀਂ ਚੰਗੇ ਵਿਸ਼ਵਾਸੀ ਨਹੀਂ ਬਣਦੇ। ਵਚਨ ਸਿਰਫ ਪੜ੍ਹਨ ਨਾਲ ਤੇ ਵਚਨ ਸਿਰਫ ਸੁਣਨ ਦੇ ਨਾਲ ਅਸੀਂ ਚੰਗੇ ਮਸੀਹੀ ਚੇਲੇ ਨਹੀਂ ਬਣ ਜਾਂਦੇ। ਜਿੰਨੀ ਦੇਰ ਤੱਕ ਅਸੀਂ ਇਸ ਵਚਨ ਨੂੰ ਪੜ੍ਹ ਕੇ ਉਹਦੇ ਉੱਤੇ ਕੰਮ ਕਰਨਾ ਨਹੀਂ ਸ਼ੁਰੂ ਕਰਦੇ। ਜੇ ਲਿਖਿਆ ਨਾ 6 ਦਿਨ ਕੰਮ ਕਰ, ਤੇ ਉਹ ਸਿਰਫ ਕਮਾਈ ਕਰਨ ਦੇ ਬਾਰੇ ਵਿੱਚ ਨਹੀਂ ਆ। ਜੋ ਤੂੰ 7ਵੇਂ ਦਿਨ ਪਰਮੇਸ਼ਵਰ ਦੀ ਹਜ਼ੂਰੀ ਚੋਂ ਆਣ ਕੇ ਸਿੱਖਣਾ ਆ, 6 ਦਿਨ ਤੂੰ ਕੰਮ ਉਹਦੇ ਅਨੁਸਾਰ ਕਰਨਾ ਆ। ਜੋ ਵੀ ਕੰਮ ਕਰਨਾ 6 ਦਿਨ, ਖਾਣਾ ਪੀਣਾ, ਮਾਂ ਨੇ ਮਾਂ ਹੋਣ ਦੇ ਫਰਜ਼ ਨਿਭਾਉਣੇ, ਪਤਨੀ ਨੇ ਪਤੀ ਪਤਨੀ ਹੋਣ ਦੇ ਫਰਜ਼ ਨਿਭਾਉਣੇ, ਪਤੀ ਨੇ ਪਤੀ ਵਾਲੇ ਫਰਜ਼ ਨਿਭਾਉਣੇ, ਸਕੂਲ ਵਿੱਚ ਅਧਿਆਪਕ ਹੋਣ ਦੇ, ਕੋਰਟ ਵਿੱਚ ਵਕਾਲਤ ਦੇ, ਜੋ ਵੀ ਤੁਹਾਡੇ ਫਰਜ਼ ਆ, ਜੋ ਵੀ ਤੁਹਾਡੇ ਕੰਮ ਆ, ਜੋ ਵੀ ਤੁਹਾਡੇ ਕਾਰੋਬਾਰ ਆ, 6 ਦਿਨ ਤੁਸੀਂ ਉਦਾਂ ਕਰਨੇ ਆ ਜਿੱਦਾਂ 7ਵੇਂ ਦਿਨ ਤੁਸੀਂ ਪਰਮੇਸ਼ਵਰ ਦੀ ਹਜ਼ੂਰੀ ਚੋਂ ਸਿੱਖਦੇ ਆ। ਪਤਨੀਆਂ ਨੂੰ ਕਿਹਾ ਨਾ ਇੱਕ ਹੀ ਪਤੀ ਦੀਆਂ ਪਤਨੀਆਂ ਰਹਿਣਾ, ਤਾਂ 6 ਦਿਨਾਂ ਵਿੱਚ ਇੱਕ ਵਾਰੀ ਵੀ ਪਾਪ ਦੀ ਨਜ਼ਰ ਨਾਲ ਕਿਸੇ ਹੋਰ ਵੱਲ ਦੇਖਣਾ ਨਹੀਂ, ਤੁਹਾਡੇ ਖਿਆਲ 'ਚ ਵੀ ਨਾ ਕੋਈ ਆਵੇ। ਤਾਂ ਇੱਕ ਹੀ ਪਤੀ ਦੀਆਂ ਪਤਨੀਆਂ ਰਹਿਣਾ, ਇਹ ਵੀ ਇੱਕ ਕੰਮ ਆ। ਇੱਕ ਮਾਂ ਦਾ ਕੀ ਰੋਲ ਆ, ਉਸ ਰੋਲ ਨੂੰ ਪਲੇ ਕਰਨਾ ਇੱਕ ਕੰਮ ਆ। ਤੁਸੀਂ ਕਿਸੇ ਫੈਕਟਰੀ ਵਿੱਚ ਕੰਮ ਕਰਦੇ, ਉੱਥੋਂ ਚੀਜ਼ਾਂ ਨਹੀਂ ਚੱਕ ਕੇ ਲਿਆਉਣੀਆਂ ਕਿਉਂਕਿ ਤੁਹਾਨੂੰ ਵਚਨ ਅਲਾਓ ਨਹੀਂ ਕਰਦਾ, ਤੁਹਾਨੂੰ ਚੋਰੀ ਮਨਾ ਕੀਤੀ ਆ। ਤਾਂ ਇਹ ਨਹੀਂ ਕਿ ਮੈਂ ਤਾਂ ਕੰਮ ਕਰਦਾ ਇੱਥੋਂ, ਮੈਂ ਇੱਥੋਂ ਕੁਛ ਵੀ ਚੱਕ ਕੇ ਲੈ ਜਾਵਾਂ। ਤੁਸੀਂ ਕਿਤੇ ਕੰਪਿਊਟਰ ਡਾਟਾ ਆਪਰੇਟਰ ਆ ਤੇ ਤੁਸੀਂ ਉੱਥੋਂ ਡਾਟਾ ਚੋਰੀ ਕਰੀ ਚੱਲੋ ਕਿ ਮੈਂ ਕਿਸੇ ਹੋਰ ਨੂੰ
ਵੱਧ ਪੈਸਿਆਂ ਵਿੱਚ ਸਾਈਡ ਬਿਜ਼ਨਸ ਕਰ ਲੂੰਗਾ, ਵੇਚ ਦਊਂਗਾ। 6 ਦਿਨ ਉਦਾਂ ਕੰਮ ਕਰਨਾ ਜਿੱਦਾਂ 7ਵੇਂ ਦਿਨ ਵਿੱਚ ਤੁਹਾਨੂੰ ਸਿਖਾਇਆ ਜਾਂਦਾ। ਤੇ 7ਵੇਂ ਦਿਨ ਚ ਕੀ ਸਿਖਾਇਆ ਜਾਂਦਾ? ਵਫਾਦਾਰੀ, ਇਮਾਨਦਾਰੀ, ਸਮਝਦਾਰੀ, ਪਵਿੱਤਰਤਾ, ਵਿਸ਼ਵਾਸ ਪਾਤਰਤਾ, ਅਧੀਨਗੀ, ਨਰਮਾਈ, ਹਲੀਮੀ, ਇਹ ਸਭ ਚੀਜ਼ਾਂ ਵਿੱਚ ਰਹਿ ਕੇ 6 ਦਿਨ ਕੰਮ ਕਰਨਾ ਆ ਤੇ ਸਾਡਾ ਕੰਮ ਹੀ ਫਿਰ ਸਾਡੀ ਪੂਜਾ ਬਣ ਜਾਂਦਾ ਆ। ਕਿਉਂਕਿ ਅਸੀਂ ਜਦੋਂ ਕਰਦੇ ਹਾਂ, ਕੁਛ ਵੀ ਕਰਦੇ ਹਾਂ, ਪਰਮੇਸ਼ਵਰ ਦੇ ਭੈ ਵਿੱਚ ਰਹਿ ਕੇ ਕਰਦੇ ਹਾਂ, ਪਰਮੇਸ਼ਵਰ ਦੇ ਡਰ ਵਿੱਚ ਰਹਿ ਕੇ ਜਦੋਂ ਕਰਦੇ ਹਾਂ ਤੇ ਫਿਰ ਅਸੀਂ ਪਾਪ ਨਹੀਂ ਕਰਦੇ। ਕਿਉਂਕਿ ਫਿਰ ਸਾਡੇ ਅੰਦਰ ਉਹਦਾ ਭੈ ਹੁੰਦਾ। ਔਰ ਸਾਡੀ ਰਚਨਾ ਇਸੇ ਲਈ ਕੀਤੀ ਗਈ ਹੈ। ਕਹਿੰਦਾ ਤੁਹਾਡੀ ਰਚਨਾ ਸ਼ੁਭ ਕਰਮਾਂ ਲਈ ਰਚੇ ਗਏ ਹੋ ਜੋ ਪਰਮੇਸ਼ਵਰ ਨੇ ਅੱਗੋ ਹੀ ਤਿਆਰ ਕੀਤੇ ਸਨ, ਪਹਿਲਾਂ ਹੀ ਪਰਮੇਸ਼ਵਰ ਨੇ ਤਿਆਰ ਕੀਤੇ ਸਨ ਭਈ ਅਸੀਂ ਉਹਨਾਂ ਵਿੱਚ ਲੱਗੇ ਰਹੀਏ ਤੇ ਅਸੀਂ ਚੰਗੇ ਕੰਮ ਕਰਨ ਵਿੱਚ ਲੱਗੇ ਰਹਿਣਾ ਆ, ਬੁਰਾਈ ਨੂੰ ਭਲਾਈ ਨਾਲ ਜਿੱਤਣਾ ਆ। ਕਈ ਵਾਰੀ ਬਹੁਤ ਸਾਰੇ ਮਨੁੱਖ ਹਾਰ ਮੰਨ ਜਾਂਦੇ ਆ, ਕਹਿੰਦੇ ਕਿੰਨੀ ਕੁ ਵਾਰੀ ਇਹਦੇ ਨਾਲ ਚੰਗਾ ਕਰੀਏ ਅਸੀਂ, ਇੱਕ ਵਾਰੀ ਕੀਤਾ ਇਹਨੇ ਫਿਰ ਡੰਗ ਮਾਰਿਆ, 2 ਵਾਰੀ ਕੀਤਾ ਇਹਨੇ ਫਿਰ ਡੰਗ ਮਾਰਿਆ, ਭਾਵ ਇਹਨੇ ਫਿਰ ਗਲਤੀ ਕੀਤਾ ਸਾਡੇ ਨਾਲ, ਕਿੰਨਾ ਕੁ ਚਿਰ ਅਸੀਂ ਚੰਗਾ ਕਰੀ ਜਾਈਏ? ਜੇ ਉਹ ਮਾੜਾ ਕਰਨ ਦਾ ਸੁਭਾਅ ਨਹੀਂ ਬਦਲਦਾ, ਤੁਸੀਂ ਚੰਗਾ ਕਰਨ ਵਾਲਾ ਸੁਭਾਅ ਕਿਉਂ ਬਦਲਦੇ ਆ? ਬੁਰਾਈ ਤੁਹਾਨੂੰ ਨਾ ਹਰਾਵੇ, ਤੁਹਾਡੀ ਚੰਗਿਆਈ ਦੇ ਅੱਗੇ ਬੁਰਾ ਵਿਅਕਤੀ ਗੋਡੇ ਟੇਕ ਦੇਵੇ। ਅਸੀਂ ਚੰਗੇ ਕੰਮ ਕਰਦਿਆਂ ਨਹੀਂ ਥੱਕਣਾ, ਅਸੀਂ ਭਲਾ ਕਰਦਿਆਂ ਨਹੀਂ ਥੱਕਣਾ, ਅਸੀਂ ਮਾਫ ਕਰਦਿਆਂ ਨਹੀਂ ਥੱਕਣਾ, ਅਸੀਂ ਪਰਮੇਸ਼ਵਰ ਦੀ ਆਰਾਧਨਾ ਕਰਦਿਆਂ ਨਹੀਂ ਥੱਕਣਾ। ਸਾਡੀ ਭਲਾਈ ਦੇ ਅੱਗੇ ਬੁਰਾਈ ਦੇ ਗੋਡੇ ਟਿਕਣੇ ਚਾਹੀਦੇ ਆ। ਹਾਲੇਲੂਇਆ। ਔਰ ਵਚਨ ਕਹਿੰਦਾ ਪਰਮੇਸ਼ਵਰ ਨੇ ਸਾਨੂੰ ਚੁਣਿਆ ਕਿ ਅਸੀਂ ਸ਼ੁਭ ਕੰਮ ਕਰਨ ਵਿੱਚ ਲੱਗੇ ਰਹੀਏ, ਕੰਟੀਨਿਊ ਰਹਿਣਾ ਆ। ਸੋ ਅੱਜ ਪ੍ਰਭੂ ਭੋਜ ਦੀ ਵੀ ਸਰਵਿਸ ਆ, ਫਸਟ ਵੀਕ ਆ, ਤੇ ਅੱਜ ਆਪਾਂ ਸਾਰਿਆਂ ਨੇ ਪ੍ਰਭੂ ਭੋਜ ਵੀ ਕਰਨਾ ਆ। ਤੇ ਤੁਹਾਨੂੰ ਪਤਾ ਪ੍ਰਭੂ ਭੋਜ ਕੌਣ ਲੈ ਸਕਦਾ ਆ? ਜਿਹੜਾ ਸ਼ੁਭ ਕੰਮ ਕਰਨ ਵਿੱਚ ਲੱਗਾ ਰਹਿੰਦਾ ਆ। ਵਚਨ ਵਿੱਚ ਲਿਖਿਆ ਆ, ਕਹਿੰਦਾ ਆਪਣੇ ਆਪ ਨੂੰ ਜਾਂਚੋ, ਜਿਹਨੇ ਵੀ ਅਸ਼ਾਇਰ ਰਬਾਨੀ ਲੈਣੀ ਆ, ਹੋਲੀ ਕਮਿਊਨੀਅਨ ਲੈਣਾ, ਪ੍ਰਭੂ ਭੋਜ ਕਰਨਾ ਆ, ਉਹਨੇ ਆਪਣੇ ਆਪ ਨੂੰ ਜਾਂਚਣਾ ਆ। ਅਸੀਂ ਜਾਂਚ ਵਿੱਚ ਖਰੇ ਨਿਕਲਣੇ ਚਾਹੀਦੇ ਆ। ਔਰ ਜਾਂਚਣਾ ਕਿੱਦਾਂ ਆ? ਕੀ ਮੈਂ ਵਾਕਈ ਯੋਗ ਹਾਂ? ਪਰਮੇਸ਼ਵਰ ਦੇ ਹੁਕਮ ਮੈਂ ਮੰਨ ਰਿਹਾ ਹਾਂ? ਕੀ ਮੈਂ ਬਪਤਿਸਮਾ ਲੈ ਲਿਆ? ਕੀ ਮੈਂ ਰੈਗੂਲਰ ਚਰਚ ਨੂੰ ਆ ਰਿਹਾ ਹਾਂ? ਕੀ ਵਾਕਈ ਮੈਂ ਪਰਮੇਸ਼ਵਰ ਦੇ ਹੁਕਮਾਂ ਨੂੰ ਪੂਰਾ ਕਰ ਰਿਹਾ ਹਾਂ? ਮੈਂ ਸਵੇਰ ਸ਼ਾਮ ਪਰਮੇਸ਼ਵਰ ਦੀ ਸ਼ੁਕਰਗੁਜ਼ਾਰੀ ਕਰਦਾ ਹਾਂ? ਨਸ਼ੇ ਨੂੰ ਮੈਂ ਛੱਡ ਦਿੱਤਾ, ਵਿਭਚਾਰ ਵਿੱਚੋਂ ਮੈਂ ਬਾਹਰ ਆ ਗਿਆ, ਮੈਂ ਆਪਣੇ ਭਰਾ ਦੇ ਨਾਲ ਸੁਲਾਹ ਕਰ ਲਈ, ਮੈਂ ਸਭ ਨੂੰ ਮਾਫ ਕਰ ਦਿੱਤਾ। ਇਹ ਨਾ ਹੋਵੇ ਕਿ ਸਵੇਰੇ ਘਰ ਵਾਲੀ ਨਾਲ ਲੜ ਕੇ ਆਏ ਹੋਵੋ, ਘਰ ਵਾਲੇ ਨਾਲ ਲੜ ਕੇ ਆਏ ਹੋਵੋ, ਤੇ ਇੱਥੇ ਤੁਸੀਂ ਪ੍ਰਭੂ ਭੋਜ ਵਾਲਾ ਪਿਆਲਾ ਫੜਿਆ ਹੋਵੇ। ਇਹ ਗਲਤ ਆ।
ਸੱਚੀ ਇਹ ਬਹੁਤ ਗਲਤ ਆ ਕਰਕੇ ਵਚਨ ਵਿੱਚ ਲਿਖਿਆ ਆ। ਜੇ ਤੂੰ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਜਾਵੇਂ, ਕਹਿੰਦਾ ਜੇ ਤੂੰ ਕੋਈ ਨਜ਼ਰਾਨਾ ਲੈ ਕੇ ਆਇਆ ਆ ਪਰ ਤੈਨੂੰ ਚੇਤੇ ਆ ਗਿਆ ਵੀ ਤੇਰੇ ਭਰਾ ਦੇ ਨਾਲ ਤੇਰਾ ਵੈਰ ਆ, ਕਹਿੰਦਾ ਪਹਿਲਾਂ ਜਾ ਕੇ ਉਹਦੇ ਨਾਲ ਸੁਲਾ ਕਰ ਫੇਰ ਮੁੜ ਕੇ ਆ। ਤਾਂ ਅਗਰ ਤੁਹਾਡੇ ਮਨ ਵਿੱਚ ਕਿਸੇ ਦੇ ਨਾਲ ਗੁੱਸਾ ਨਾਰਾਜ਼ਗੀਆਂ ਹੈਗੀਆਂ ਆ ਤੇ ਕਿਰਪਾ ਕਰਕੇ ਅੱਜ ਤੁਸੀਂ ਸਾਰੀਆਂ ਗੁੱਸੇ ਨਾਰਾਜ਼ਗੀਆਂ ਨੂੰ ਆਪਣੇ ਅੰਦਰੋਂ ਕੱਢ ਦਿਓ। ਇਹ ਗੁੱਸੇ ਨਾਰਾਜ਼ਗੀਆਂ ਇੱਥੇ ਹੀ ਰਹਿ ਜਾਣੀਆਂ, ਨਾਲ ਨਹੀਂ ਜਾਣੀਆਂ, ਪਰ ਸਾਨੂੰ ਅੱਗੇ ਜਾਣ ਵਿੱਚ ਰੁਕਾਵਟ ਜ਼ਰੂਰ ਪਾ ਸਕਦੀਆਂ ਹੈ। ਇਹ ਗੁੱਸੇ ਨਾਰਾਜ਼ਗੀਆਂ, ਨਫ਼ਰਤ, ਈਰਖਾ, ਲੋਭ, ਹੰਕਾਰ, ਵਿਭਚਾਰ, ਇਹ ਸਭ ਬੁਰੀਆਂ ਚੀਜ਼ਾਂ, ਇਹ ਸਾਨੂੰ ਸਵਰਗ ਦੇ ਰਾਹ ਤੇ ਚੱਲਣ ਤੋਂ ਰੁਕਾਵਟ ਪਾਉਂਦੀਆਂ ਆ। ਇਹ ਪਰਮੇਸ਼ਵਰ ਦੀ ਕਿਰਪਾ ਨੂੰ ਸਾਡੇ ਤੱਕ ਪਹੁੰਚਣ ਦੇ ਰਾਹ ਵਿੱਚ ਦੀਵਾਰ ਬਣ ਕੇ ਖੜੀਆਂ ਹੋ ਜਾਂਦੀਆਂ ਆ। ਇਹ ਸਾਡੀ ਬਰਕਤ ਨੂੰ ਸਾਡੇ ਤੱਕ ਪਹੁੰਚਣ ਨਹੀਂ ਦਿੰਦੀਆਂ। ਛੋਟੀਆਂ ਛੋਟੀਆਂ ਬੁਰੀਆਂ ਆਦਤਾਂ ਸਾਡੀਆਂ ਵੱਡੀਆਂ ਵੱਡੀਆਂ ਬਰਕਤਾਂ ਨੂੰ ਰੋਕ ਲੈਂਦੀਆਂ ਆ। ਇਸ ਲਈ ਇਹਨਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਨਜ਼ਾਤ ਪਾਉਣ ਦੀ ਕੋਸ਼ਿਸ਼ ਕਰੋ ਪਰਮੇਸ਼ਵਰ ਦੇ ਜ਼ੋਰ ਨਾਲ ਤੇ ਪਰਮੇਸ਼ਵਰ ਦੇ ਵਚਨ ਦੇ ਦੁਆਰਾ। ਸੋ ਪ੍ਰਭੂ ਯੇਸੂ ਮਸੀਹ ਜੀ ਨੇ ਕਿਹਾ, ਕਹਿੰਦੇ ਮੇਰੀ ਯਾਦ ਵਿੱਚ ਤੁਸੀਂ ਇਹ ਕਰਿਆ ਕਰਿਓ। ਕਿਉਂ ਕਿਹਾ ਮੇਰੀ ਯਾਦ ਵਿੱਚ ਕਰਿਆ ਕਰਿਓ? ਤੁਹਾਨੂੰ ਯਾਦ ਰਵੇ ਕਿ ਸਾਡੇ ਗੁਨਾਹਾਂ ਦੀ ਖਾਤਰ ਪ੍ਰਭੂ ਯੇਸੂ ਮਸੀਹ ਸਲੀਬ ਉੱਤੇ ਬਲੀਦਾਨ ਹੋਏ ਆ। ਸਾਨੂੰ ਯਾਦ ਰਵੇ ਕਿੰਨੀ ਕਰੜੀ ਸਜ਼ਾ ਸੀਗੀ ਸਾਡੇ ਗੁਨਾਹਾਂ ਦੀ, ਜਿਹੜੀ ਸਾਡੇ ਬਦਲੇ ਪ੍ਰਭੂ ਯੇਸੂ ਮਸੀਹ ਜੀ ਨੇ ਝੱਲ ਲਈ ਆ। ਕਹਿੰਦਾ ਜਦ ਤੱਕ ਮੈਂ ਆਵਾਂ ਨਾ ਤੁਸੀਂ ਮੇਰੀ ਮੌਤ ਦਾ ਪ੍ਰਚਾਰ ਕਰਦੇ ਰਹੋ। ਅਸੀਂ ਪ੍ਰਚਾਰ ਕਰਦੇ ਰਹਿਣਾ ਉਹਦੀ ਦੂਜੀ ਆਮਦ ਤੱਕ। ਕੀ ਪ੍ਰਚਾਰ ਕਰਨਾ? ਸਾਡੇ ਗੁਨਾਹਾਂ ਦੇ ਲਈ ਪ੍ਰਭੂ ਯੇਸੂ ਮਸੀਹ ਸਲੀਬ ਦੇ ਉੱਤੇ ਬਲੀਦਾਨ ਹੋਏ ਆ। ਅਸੀਂ ਪਾਪੀ ਤੇ ਗੁਨਾਹਗਾਰ ਆ, ਪਰ ਸਾਡੇ ਗੁਨਾਹਾਂ ਨੂੰ ਪ੍ਰਭੂ ਯੇਸੂ ਮਸੀਹ ਨੇ ਚੱਕ ਲਿਆ। ਉਹ ਸਾਡੇ ਗੁਨਾਹਾਂ ਦੇ ਬਦਲੇ ਬਲੀਦਾਨ ਹੋਏ ਆ। ਉਹ ਮੌਤ ਜਿਹੜੀ ਸਦਾ ਦੀ ਸੀਗੀ ਉਹਦੇ ਤੋਂ ਉਹਨੇ ਸਾਨੂੰ ਨਜ਼ਾਤ ਦੇ ਦਿੱਤੀ। ਉਹ ਸਜ਼ਾ ਜਿਹੜੀ ਸਾਡੇ ਗਲਤ ਕੰਮਾਂ ਦੀ ਸਾਨੂੰ ਮਿਲਣੀ ਸੀ, ਪ੍ਰਭੂ ਯੇਸੂ ਮਸੀਹ ਦੇ ਬਲੀਦਾਨ ਹੋਣ ਦੇ ਵਸੀਲੇ ਨਾਲ ਸਾਨੂੰ ਮਾਫ ਕਰ ਦਿੱਤੀ ਗਈ। ਪ੍ਰਭੂ ਯੇਸੂ ਮਸੀਹ ਮੇਰਾ ਮੁਕਤੀ ਦਾਤਾ ਬਣ ਗਿਆ ਹੈ। ਮੁਕਤੀ ਦਾਤੇ ਦਾ ਮਤਲਬ ਕੀ ਆ? ਮੁਕਤ ਕਰ ਦੇਣ ਵਾਲਾ, ਹਰ ਗਮ ਤੋਂ ਮੁਕਤੀ ਦੇਣ ਵਾਲਾ। ਜਿਹੜਾ ਮੁਕਤੀ ਦਾਤਾ ਆ ਨਾ, ਉਹ ਤੁਹਾਨੂੰ ਹਰ ਦੁੱਖ ਚੋਂ ਮੁਕਤ ਕਰ ਦੇਣ ਦੀ ਸ਼ਕਤੀ ਰੱਖਦਾ ਆ, ਸਮਰਥ ਰੱਖਦਾ ਆ। ਫਿਰ ਚਾਹੇ ਤੁਸੀਂ ਦੁਸ਼ਟ ਦੇ ਬੰਧਨ ਵਿੱਚ ਵੱਜੇ ਹੋ, ਉਹ ਉਹਦੇ ਚੋਂ ਵੀ ਤੁਹਾਨੂੰ ਮੁਕਤੀ ਦੇਣ ਦੇ ਲਈ ਸਮਰਥੀ ਆ। ਚਾਹੇ ਤੁਸੀਂ ਬਿਮਾਰੀਆਂ ਦੇ ਵਿੱਚ ਆ, ਉਹ ਬਿਮਾਰੀ ਤੋਂ ਮੁਕਤੀ ਦੇਣ ਦੇ ਲਈ ਵੀ ਤੁਹਾਡਾ ਮੁਕਤੀ ਦਾਤਾ ਆ। ਉਹ ਤੁਹਾਡੀ ਸਮੱਸਿਆ ਤੋਂ ਮੁਕਤ ਕਰਨ ਦੇ ਲਈ ਵੀ ਤੁਹਾਡਾ ਮੁਕਤੀ ਦਾਤਾ ਆ। ਤੁਹਾਡੇ ਕਰਜ਼ਿਆਂ ਚੋਂ ਕੱਢਣ ਦੇ ਲਈ, ਪਰੇਸ਼ਾਨੀਆਂ ਚੋਂ ਕੱਢਣ ਦੇ ਲਈ, ਹਰ ਪਾਪ ਵਿੱਚੋਂ ਬਾਹਰ ਕੱਢਣ ਲਈ, ਹਰ ਦੁੱਖ ਤੋਂ, ਤਕਲੀਫ ਤੋਂ, ਸਮੱਸਿਆ ਤੋਂ ਤੁਹਾਨੂੰ ਮੁਕਤ ਕਰਨ ਦੇ ਲਈ ਉਹ ਮੁਕਤੀ ਦਾਤਾ ਪਰਮੇਸ਼ਵਰ ਆ। ਔਰ ਜਿਨ੍ਹਾਂ ਨੇ ਉਹਨੂੰ ਦਿਲ ਤੋਂ ਮੁਕਤੀ ਦਾਤਾ ਮੰਨ ਲਿਆ ਆ, ਉਹ ਮੁਕਤ ਹੋ ਚੁੱਕੇ ਆ।
ਉਹ ਮੁਕਤੀ ਪਾ ਚੁੱਕੇ ਆ ਹਰ ਦੁੱਖ ਤੋਂ, ਹਰ ਤਕਲੀਫ ਤੋਂ, ਹਰ ਬੰਧਨ ਤੋਂ, ਹਰ ਅਪਰਾਧ ਤੋਂ, ਹਰ ਬੁਰੇ ਸੁਭਾਅ ਤੋਂ ਉਹ ਮੁਕਤੀ ਪਾ ਚੁੱਕੇ ਆ। ਹਾਲੇਲੂਇਆ, ਹਾਲੇਲੂਇਆ। ਸੋ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਅੱਜ ਦੇ ਵਚਨ ਦੇ ਰਾਹੀਂ ਪਰਮੇਸ਼ਵਰ ਦੀ ਕਿਰਪਾ ਨੂੰ ਜਾਣਿਆ ਆ ਕਿ ਉਹਨੇ ਕਿੱਦਾਂ ਸਾਡੇ ਉੱਤੇ ਕਿਰਪਾ ਕੀਤੀ ਆ ਤੇ ਕਿੰਨੀ ਹੋਰ ਵਧੀਕ ਉਹ ਸਾਡੇ ਉੱਤੇ ਕਿਰਪਾ ਕਰਨੀ ਚਾਹੁੰਦੇ ਆ। ਬਸ ਅਸੀਂ ਅੱਜ ਤਿਆਰੀ ਕਰਨੀ ਆ ਪਰਮੇਸ਼ਵਰ ਦੇ ਅੱਗੇ ਤੇ ਉਹਨੇ ਸਾਡੇ ਉੱਤੇ ਕਿਰਪਾ ਕਰ ਦੇਣੀ ਆ। ਅਸੀਂ ਪਾਪ ਚੋਂ ਬਾਹਰ ਆਉਣ ਦੇ ਲਈ ਮਨ ਨੂੰ ਤਿਆਰ ਕਰਨਾ ਆ, ਪਰਮੇਸ਼ਵਰ ਨੇ ਸਾਨੂੰ ਬਾਹਰ ਕੱਢ ਲੈਣਾ ਆ। ਅਸੀਂ ਝੂਠ ਨੂੰ ਛੱਡਣ ਦੇ ਲਈ ਮਨ ਨੂੰ ਤਿਆਰ ਕਰਨਾ, ਉਹਨੇ ਸਾਨੂੰ ਸੱਚਾਈ ਵਿੱਚ ਲੈ ਆਉਣਾ ਆ। ਹਾਲੇਲੂਇਆ, ਹਾਲੇਲੂਇਆ। ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਤੀਕ ਪਰਮੇਸ਼ਵਰ ਦੇ ਚਾਹਣ ਵਾਲਿਆਂ ਉੱਤੇ ਬਣੀ ਰਹੇ। ਆਮੇਨ। ਪਰਮੇਸ਼ਵਰ ਦੇ ਵੱਡੇ ਕੰਮਾਂ ਨੂੰ ਆਪਣੇ ਜੀਵਨ ਦੇ ਵਿੱਚ ਦੇਖਣ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ ਤੇ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ।